ਤੇ ਜਿਹੜਾ ਉਹ ਜਿੱਤੇ ਬੱਦਲ ਆ ਉਹ ਪਹਾੜ ਹੈਗਾ ਪਾਕਿਸਤਾਨ ਦਾ, ਉਹਦੇ ਉੱਤੇ ਪੋਸਟ ਵੀ ਉਹਨਾਂ ਦੀ ਚੈੱਕ ਪੋਸਟ ਹੈਗੀ ਤੇ ਆਹ ਇੰਡੀਆ ਦੇ ਆ। ਤੇ ਯਾਨੀ ਕਿ ਆਹ ਪਹਾੜ ਦੇ ਜੇ ਆਪਾਂ ਪਰਲੇ ਪਾਸੇ ਦੀ ਗੱਲ ਕਰੀਏ ਤੇ ਪਾਕਿਸਤਾਨ ਬਿਲਕੁਲ ਆਪਾਂ ਪਾਕਿਸਤਾਨ ਦੇ ਬਾਰਡਰ ਦੇ ਆ ਗਈ ਸਵੇਰ ਦੀ ਪਹਿਲੀ ਕਾਫੀ ਤੇ ਨਾਲ ਵੇਖ ਲਓ ਚੰਗਾ ਜਿਹਾ ਵਿਊ ਹਨਾ। ਦੇਖ ਲਓ ਜੀ ਸਿੱਧੂ ਮੂਸੇ ਵਾਲਾ ਇੱਥੇ ਹੀ ਫੇਮਸ ਆ, ਵੀਰੇ ਦੀ ਮਿਲੇ ਸਾਨੂੰ ਤੇ ਸੁਣਦੇ ਪਏ ਸੀ ਹਨਾ, ਇੱਧਰ ਆਉਂਦਾ ਮੈਂ ਪਾਸੇ ਕਰ ਦੇਣਾ ਸਿੱਧੂ ਮੂਸੇ ਵਾਲਾ। ਬਹੁਤ ਬਹੁਤ ਥੈਂਕ ਯੂ ਵੀਰ ਜੀ। ਇੱਧਰੋਂ ਪਹਾੜ ਦੇ ਵਿੱਚੋਂ ਵੀ ਪਾਣੀ ਕਿੱਧਰੋਂ ਨਿਕਲੀ ਆਉਂਦਾ ਸਮਝ ਨਹੀਂ ਆਉਂਦੀ ਕੋਈ, ਤੇ ਪਹਾੜ ਵੀ ਇਹ ਬਹੁਤ ਆ ਵੱਡਾ ਵਾ ਛੋਟਾ ਨੀਗਾ, ਤੇ ਸਾਰਾ ਇਹ ਪਹਾੜ ਦੇ ਅੰਦਰੋਂ ਪਾਣੀ ਆਉਂਦਾ ਤੇ ਇਹ ਨਦੀ ਦੇ ਵਿੱਚ ਆ ਕੇ ਪਈ ਜਾਂਦਾ ਸਾਹਮਣੇ ਲੱਗੇ ਜਿਹੜਾ ਬਹੁਤ ਘੈਂਟ ਆ ਨਾ। ਆਪਾਂ ਕੈਂਪ ਕੀਤਾ ਸੀ ਉਹ ਸਾਈਡ, ਉਹ ਸਾਹਮਣੇ ਰਹਿ ਗਈ ਹਨਾ, ਉਹ ਉੱਥੇ ਜੀ ਉੱਥੋਂ 1 ਕਿਲੋਮੀਟਰ ਤੇ ਆ ਇਹ ਪੁਲ ਹਨਾ। ਚਾਪ ਚ ਨਹੀਂ ਇੱਥੇ ਵੀ ਪਿੰਡਾਂ ਵਾਲਾ ਮਾਹੌਲ ਆ, ਚੱਕਾ ਲਈ ਫਿਰਦੇ ਹਨਾ, ਪੈਰ ਭਜਾਉਂਦੇ ਇਹ ਡਰਦੇ ਆ ਥੋੜ੍ਹੇ ਜਿਹੇ ਸੰਗਦੇ ਹੈ ਨਾ ਇਹ ਆਪਣੇ ਤੋਂ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵੇਰੇ ਸਵੇਰੇ ਤੇ ਤੁਹਾਡਾ ਸਵਾਗਤ ਆ। ਰਾਤੀ ਆਪਾਂ ਸੁੱਤੇ ਸੀ ਆਹ ਜਿਹੜੇ ਕੈ ਟੈਂਟ ਦੇ ਵਿੱਚ, ਇੱਕ ਟੈਂਟ ਇਹ ਲਗਾ, 4 ਜਣੇ ਇਹਦੇ 'ਚ ਪਏ, 2 ਜਣੇ ਇਹਦੇ 'ਚ ਪਏ ਤੇ ਬਾਕੀ ਕੁਛ ਜਣੇ ਉਹਦੇ 'ਚ ਸੀ ਹਨਾ। ਰਾਤ ਦਾ ਮਾਹੌਲ ਇਹ ਬਹੁਤ ਵਧੀਆ ਸੀ। ਅਤੇ ਜੇ ਤੁਹਾਨੂੰ ਦੱਸੀਏ ਲੋਕੇਸ਼ਨ, ਇਹ ਲੋਕੇਸ਼ਨ ਹੈਗੀ ਆ ਜੀ ਗ੍ਰੇਜ਼ ਵੈਲੀ, ਗ੍ਰੇਜ਼ ਵੈਲੀ ਸ਼੍ਰੀਨਗਰ ਤੋਂ 120 ਕਿਲੋਮੀਟਰ ਅੱਗੇ, ਅਤੇ ਇੱਧਰ ਹੈਗਾ ਜੀ ਪਾਕਿਸਤਾਨ ਦਾ ਬਾਰਡਰ। ਰਾਤੀ ਟੈਂਪਰੇਚਰ ਦੀ ਗੱਲ ਕਰੀਏ ਤਾਂ 2 ਡਿਗਰੀ ਤੱਕ ਗਿਆ ਵਾ, ਕਾਫੀ ਠੰਡ ਸੀ ਪਰ ਟੈਂਟ ਦੇ ਵਿੱਚ ਠੰਡ ਕੋਈ ਨਹੀਂ ਲੱਗਦੀ। ਅਤੇ ਤੁਸੀਂ ਵੀ ਇੱਥੇ ਆ ਗਿਆ ਉਹਦਾ ਇੰਜੋਏ ਕਰੋ, ਬਹੁਤ ਵਧੀਆ ਸੀ। ਥੋੜ੍ਹਾ ਗਲਾ ਹਜੇ ਸੁਬਾਹ ਸੁਬਾਹ ਦਾ ਟਾਈਮ ਆ, ਪੱਕ ਪੱਕ ਬੰਨ ਕੇ ਫਿਰ ਕਰਦੇ ਵੀਡੀਓ ਸਟਾਰਟ। ਮੈਂ ਚੱਲ ਸ਼ੁਰੂ ਕਰ ਲਈਏ ਕਰੀ, ਅਤੇ ਚਾਹ ਚੂ ਲੱਗਿਆ ਧਰਨ ਬਣਾਉਣ ਮੁੰਡੇ ਆਪਣੀ, ਅਤੇ ਕਰਦੇ ਅੱਜ ਦੇ ਦਿਨ ਦੀ ਸ਼ੁਰੂਆਤ। ਅਤੇ ਤੁਸੀਂ ਵੇਖ ਰਹੇ ਹੋ ਇੰਡੀਆ ਟੂਰ, ਇੰਡੀਆ ਟੂਰ ਦਾ ਅੱਜ ਆਪਣਾ ਹੈਗਾ ਜੀ 5ਵਾਂ ਦਿਨ, ਹਜੇ ਤੱਕ ਕਿਤੇ ਆ ਕਿੱਧਰ ਨੂੰ ਜਾਣਾ ਆਪਾਂ, ਪਰ ਜਿਹੜੀ ਲੋਕੇਸ਼ਨ ਤੁਸੀਂ ਬਹੁਤ ਵਧੀਆ ਲੋਕੇਸ਼ਨ, ਅਤੇ ਗੱਡੀ ਆਪਣੀ ਨਾਲ ਹੀ ਇੱਥੇ ਖੜੀ ਸੀ ਕੋਲ ਹੀ, ਅਤੇ ਇੱਥੇ ਆਪਾਂ ਕੈਂਪਿੰਗ ਕੀਤੀ ਸੀ ਰਾਤੀ। ਕੈਂਪ ਇਸ ਟੂਰ ਦੀ ਆਪਣੀ ਪਹਿਲੀ ਕੈਂਪਿੰਗ ਸੀ ਇਹ ਹਨਾ, ਅਤੇ ਵਧੀਆ ਗਰਾਊਂਡ ਬਣਿਆ ਹੋਇਆ ਸੀਗਾ। ਅਤੇ ਬਾਕੀ ਕੱਲ੍ਹ ਬਰਫ਼ ਵਾਲੇ ਵੀ ਉਹ ਪਹਾੜ ਦੇਖ ਲਏ ਤੁਸੀਂ ਉੱਪਰ ਹਨਾ, ਜਿਨ੍ਹਾਂ ਨੇ ਪਹਿਲੇ ਵਲੋਗ ਵੇਖੇ ਬਰਫ਼ ਵਾਲੇ ਵੀ ਦੇਖ ਲਏ। ਅਤੇ ਚਲੋ ਅੱਜ ਦੇ ਦਿਨ ਦੀ ਕਰਦੇ ਹਾਂ ਸ਼ੁਰੂਆਤ, ਅਤੇ ਜੁੜੇ ਰਹੋ ਵਲੋਗ ਦੇ ਨਾਲ। ਲਓ ਜੀ ਚਲਾ ਤਾ ਆਪਣਾ ਚੁੱਲ੍ਹਾ ਵੇਰੇ ਨਾਲ, ਅਤੇ ਪਾਣੀ ਪਹਿਲੋਂ ਕਰਦੇ ਗਰਮ, ਮੂੰਹ ਧੋ ਲਈਏ ਨਾ, ਪਤੀਲਾ ਧਾਰ ਪਤੀਲਾ ਉੱਤੇ। ਆ ਗਈ ਸਵੇਰ ਦੀ ਪਹਿਲੀ ਕਾਫੀ ਅਤੇ ਨਾਲ ਵੇਖ ਲਓ ਚੰਗਾ ਜਿਹਾ ਵਿਊ ਹਨਾ, ਅਤੇ ਇੱਧਰ ਖਲਾਰਾ ਵੀ ਵਿਖਾ ਦਿੰਦੇ ਤੁਹਾਨੂੰ ਕੈਂਪਿੰਗ ਵਾਲਾ, ਇਹ ਪੱਗਾਂ ਪੱਗਾਂ ਬੰਨਣੀਆਂ, ਬੰਨ ਕੇ ਫਿਰ ਕਰਦੇ ਗੱਲਬਾਤ ਆਪਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਕੀ ਹਾਲ ਚਾਲ ਹੈ ਜੀ। ਸੁਬਾਹ ਸੁਬਾਹ ਨਹਾਤੇ ਤਾਂ ਹੈ ਨਹੀਂ, ਐਵੇਂ ਕਹੀ ਜਾਈਏ ਪਾਣੀ ਕਾਹਦਾ ਗਰਮ ਕਰ, ਪਰ ਤਿਆਰ ਹੋ ਕੇ ਪੱਗਾਂ ਜ਼ਰੂਰ ਬੰਨ ਲਈਆਂ ਹਨਾ, ਅਤੇ ਪੱਗਾਂ ਬੰਨ ਕੇ ਮਹਾਂ ਬੰਨੀ, ਠੰਡ ਬਹੁਤ ਆ। ਦਰਅਸਲ ਜਿਹੜਾ ਹੁਣ ਟੈਂਪਰੇਚਰ 2 ਡਿਗਰੀ ਹੈ ਇੱਥੇ, ਮੈਂ ਸੀ ਤਾਂ ਨਹੀਂ ਗਿਆ ਪਰ ਉੱਪਰ ਬਰਫ਼ ਬਹੁਤ ਪਈ ਹੈ। ਕੱਲ੍ਹ ਨਾ ਕੱਲ੍ਹ ਵੀ ਨੇ ਵਲੋਗ ਵੇਖਿਆ ਪਿਛਲਾ, ਰਾਜਧਾਨ ਹੈਗਾ ਸੀਗਾ ਜਿਹੜਾ ਪਾਸ, ਉੱਥੇ ਬਰਫ਼ ਬਹੁਤ ਸੀਗੀ ਹਨਾ, ਅਤੇ ਨਾਲ ਨਾਲ ਨਦੀ, ਨਦੀ ਦੇ ਨਾਲ ਆਪਾਂ ਰਾਤੀ ਆਹ ਕੈਂਪ ਕੀਤਾ ਜਿਹੜਾ ਅੱਗੇ ਮੈਂ ਤੁਹਾਨੂੰ ਦਿਖਾਤਾ ਹੈ ਨਾ। ਠੰਡ ਠੁੰਡ ਦਾ ਕੋਈ ਇਸ਼ੂ ਨਹੀਂ ਗਾ, ਅੱਜ ਵੀ ਹੁਣ ਵੀ ਅੱਧੀ ਬਾਹਾਂ ਵਾਲੀ ਪਾਈ ਆ, ਵੈਸੇ ਤਾਂ ਉੱਥੋਂ ਦੀ ਜਾਕਟ ਜੀ ਪਾਈ, ਪੂਰੀਆਂ ਬਾਹਾਂ ਵਾਲਾ ਕੋਟ ਵੀ ਹੈਗਾ ਵਾ, ਪਰ ਐਡੀ ਕੋਈ ਗੱਲਬਾਤ ਹੈ ਨਹੀਂ ਕਿ ਕੋਈ ਮਾੜਾ ਮੋਟਾ ਤੁਹਾਨੂੰ ਪਤਾ ਚੱਲ ਜਾਂਦਾ ਹੈ ਨਾ। ਅਤੇ ਤੁਸੀਂ ਵੇਖ ਰਹੇ ਹੋ ਜੀ ਆਪਣਾ ਇੰਡੀਆ ਟੂਰ ਦਾ ਅੱਜ 5ਵਾਂ ਦਿਨ, ਆਪਾਂ ਜਾ ਰਹੇ ਅੱਜ ਗ੍ਰੇਜ਼ ਵੈਲੀ ਤੋਂ ਅਗਲੀ ਸਾਈਡ, ਪਿੰਡਾਂ ਵਾਲੀ ਸਾਈਡ ਨੂੰ ਜਾਵਾਂਗੇ, ਜਿੱਥੇ ਜਿੱਥੇ ਵਧੀਆ ਕੋਈ ਮਿਲਿਆ, ਜੇ ਹੁੱਕਾ ਇੱਥੇ ਰਹਿਣਾ ਇੱਥੇ ਰਹਾਂਗੇ, ਨਹੀਂ ਤਾਂ ਫਿਰ ਵਾਪਸ ਚਲੇ ਜਾਵਾਂਗੇ ਹੈ ਨਾ। ਅਤੇ ਜੁੜੇ ਰਹੋ ਵਲੋਗ ਦੇ ਨਾਲ, ਜੇ ਚੰਗੇ ਲੱਗੇ ਸ਼ੇਅਰ ਕਰ ਲਓ, ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅਤੇ ਮਿਲਦੇ ਹਾਂ ਅੱਜ, ਥੋੜ੍ਹਾ ਜਿਹਾ ਬੱਦਲ ਪਾਈ ਆ ਅਤੇ ਮੂੰਹ ਦਾ ਫਿਰ ਫੇਸ ਕਾਲਾ ਕਾਲਾ ਜਿਹਾ ਆਉਂਦਾ ਹੋਣਾ, ਇਹ ਇੱਧਰੋਂ ਵੀ ਨਹੀਂ ਸਹੀ ਆਉਂਦਾ, ਕਿਸੇ ਪਾਸੋਂ ਸਹੀ ਨਹੀਂ ਆਉਂਦਾ, ਅੱਜ ਸਾਰਾ ਪਾਸਾ ਇੱਕੋ ਜਿਹਾ। ਚਲੋ ਠੀਕ ਹੈ, ਮਿਲਦੇ ਹਾਂ ਫਿਰ, ਫਿਰ ਫੋਟੋ ਫੋਟੋ ਖਿੱਚ ਲਈਏ। ਕੰਮ ਵਾਧੇ ਵਾਲੇ ਪਾਸੇ ਨੂੰ ਸ਼ੁਰੂ ਹੋ ਗਿਆ ਨਾ ਹੁਣ, ਅਤੇ ਆਪਾਂ ਲੱਗੇ ਟੈਂਟ ਟੁੰਟ ਪੱਟਣ, ਅਤੇ ਵੇਖ ਲਓ ਇਹ ਟੈਂਟ ਆਪਣੇ, ਅਤੇ ਫਿਰ ਵੇਖਾਂਗੇ ਜੇ ਕਿਤੇ ਜਗ੍ਹਾ ਮਿਲ ਗਈ ਤਾਂ ਹੋਰ ਲਾਵਾਂਗੇ, ਤਾਂ ਚਾਕੀ ਵੇਖ ਕਰਨਾ ਉਹ ਗਾਂ ਪਤਾ ਲੱਗੂਗਾ। ਅਤੇ ਬਾਕੀ ਸਮਾਨ ਸਾਰਾ ਤਕਰੀਬਨ ਸਾਂਭ ਲਿਆ ਆਪਾਂ ਹਨਾ, ਫਿਰ ਚੱਲਦੇ ਅੱਜ ਇੱਧਰ ਨੂੰ ਗਾਂਹ ਨੂੰ ਜਾਣਾ ਆਪਾਂ। ਕਹਿੰਦੇ ਨਾ ਨਗਰੀ ਵੱਸਦੀ ਭਲੀ ਅਤੇ ਸੰਤ ਤੁਰਦੇ ਭਲੇ, ਕੀ ਕਹਿੰਦੇ ਹੁੰਦੇ ਪਤਾ ਨਹੀਂ। ਆਪਾਂ ਚੱਲੇ ਹਾਂ ਹੁਣ ਅੱਗੇ ਵੱਲ ਨੂੰ ਵੱਧਦੇ ਹਨਾ, ਕਣੀਆਂ ਫੇਰ ਆ ਗਈਆਂ, ਮੌਸਮ ਖਰਾਬ ਹੋ ਗਿਆ, ਬੱਦਲ ਉੱਤੇ ਹੈਗੇ ਹੀ ਸੀਗੇ, ਅਤੇ ਰੀਲਾਂ ਰੂਲਾਂ ਬਣਾਈਆਂ ਜਾ ਕੇ ਇੰਸਟਾਗ੍ਰਾਮ 'ਤੇ ਜ਼ਰੂਰ ਚੈੱਕ ਕਰਿਓ, ਅਤੇ ਮਨਦੀਪ ਜੀਰਾ ਵਲੋਗ ਇੰਸਟਾਗ੍ਰਾਮ, ਯੂਟਿਊਬ, ਫੇਸਬੁੱਕ ਫੋਲੋ ਕਰ ਲਓ ਜੀ। ਅਤੇ ਚੱਲਦੇ ਅਗਲੇ ਬੰਨੇ ਨੂੰ, ਟੈਂਟ ਕਰੀਏ ਇਕੱਠਾ ਆਪਣਾ। ਇੱਦਾਂ ਮੁੜ ਕੇ ਟੈਂਟ ਇਕੱਠੇ ਕਰਨੇ ਪੈਂਦੇ ਨੇ, ਲਾਲ ਤਾਂ ਲਈਦੇ ਆ, ਸੰਦ ਬੇੜਾ ਬਣ ਗਿਆ ਦੂਰਿਆਂ ਦੇ ਕਹਿੰਦੇ। ਟੈਂਟ ਵਗੈਰਾ ਆਪਾਂ ਸਾਰਾ ਦਿੱਤਾ ਪੱਟ ਹੈ ਨਾ, ਅਤੇ ਗੱਡੀ ਵੀ ਹੋ ਗਈ ਸਾਫ਼, ਗਰਮ ਹੋ ਗਈ ਆ, ਹੁਣ ਨਿਕਲਦੇ ਹਾਂ। ਅਤੇ ਗੱਲ ਕਰਦੇ ਨਦੀ ਦੀ ਹੈ ਨਾ, ਇਹ ਨਦੀ ਹੈਗੀ ਜੀ ਕਿਸ਼ਨ ਗੰਗਾ, ਅਤੇ ਇਹ ਅੱਧੀ ਨਦੀ ਪੰਜਾਬ ਇੰਡੀਆ ਮਤਲਬ ਜੰਮੂ, ਅਤੇ ਅੱਧੀ ਨਦੀ ਇੱਧਰ ਪਾਕਿਸਤਾਨ ਨੂੰ ਚਲੇ ਜਾਂਦੀ ਵਿੱਚ ਦੀ। ਉਸ ਇਹ ਪਾਕਿਸਤਾਨ ਵਿੱਚ ਇਹ ਨਦੀ ਦਾ ਨਾਮ ਨੀਲਮ ਨਦੀ ਆ, ਅਤੇ ਇੱਥੇ ਕਿਸ਼ਨ ਗੰਗਾ ਨਦੀ ਕਿਹਾ ਜਾਂਦਾ ਇਹਨੂੰ ਆਪਾਂ ਹੈ ਨਾ। ਅਤੇ ਇਹ ਨਦੀ ਜਾਂਦੀ ਆ ਜੀ ਅੱਧੀ ਪਾਕਿਸਤਾਨ 'ਚ। ਅਤੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣੀ ਸੀ, ਲਾਸਟ ਵਲੌਗ ਜਿਨ੍ਹਾਂ ਨੇ ਨਹੀਂ ਦੇਖਿਆ,
ਇਹ ਆ ਲੱਗੀ ਆ ਕੰਡਿਆਂ ਵਾਲੀ ਤਾਰ ਜਿਹਨੂੰ ਆਪਣੇ ਬਾਰਡਰ ਦੇ ਲੈਣ ਕਹਿੰਦੇ ਆ ਅਤੇ ਜਿਹੜਾ ਉਹ ਜਿੱਥੇ ਬੱਦਲ ਆ ਉਹ ਪਹਾੜ ਹੈਗਾ ਪਾਕਿਸਤਾਨ ਦਾ ਉਹਦੇ ਉੱਤੇ ਪੋਸਟ ਵੀ ਉਹਨਾਂ ਦੀ ਚੈੱਕ ਪੋਸਟ ਹੈਗੀ ਅਤੇ ਆਹ ਇੰਡੀਆ ਦੇ ਆ ਅਤੇ ਯਾਨੀ ਕਿ ਆਹ ਪਹਾੜ ਦੇ ਜੇ ਆਪਾਂ ਪਰਲੇ ਪਾਸੇ ਦੀ ਗੱਲ ਕਰੀਏ ਅਤੇ ਪਾਕਿਸਤਾਨ ਬਿਲਕੁਲ ਆਪਾਂ ਪਾਕਿਸਤਾਨ ਦੇ ਬਾਰਡਰ 'ਤੇ ਬੈਠੇ ਹੋਏ ਹਾਂ ਗੁਰੇਜ਼ ਵੈਲੀ ਤੁਸੀਂ ਸਰਚ ਕਰਕੇ ਵੀ ਦੇਖ ਸਕਦੇ ਬਿਲਕੁਲ ਬਾਰਡਰ ਦੇ ਏਰੀਏ ਦੇ ਵਿੱਚ ਹੈ ਬਾਹਰ ਦੇ ਟੈਂਪਰੇਚਰ ਦੀ ਗੱਲ ਕਰੀਏ ਗੱਡੀ ਦਾ 9 ਡਿਗਰੀ ਦਿਖਾਉਂਦਾ ਪਿਆ ਅਤੇ ਆਪਾਂ ਨਿਕਲ ਚੁੱਕੇ ਹਾਂ ਇੱਥੋਂ ਹੈ ਨਾ ਅਤੇ ਪਹਿਲਾਂ ਚੱਲਦੇ ਹਾਂ ਜਿਹੜਾ ਪਿੰਡ ਤੁਹਾਨੂੰ ਲਾਸਟ ਨਾਈਟ ਆਪਾਂ ਜਿੱਥੇ ਰੋਟੀ ਖਾਣ ਗਏ ਜਿਨ੍ਹਾਂ ਨੇ ਦੇਖਿਆ ਵਲੋਗ ਠੀਕ ਆ ਨਹੀਂ ਤਾਂ ਅੱਜ ਤੁਹਾਨੂੰ ਦਿਖਾਉਣੇ ਉੱਥੇ ਇੱਕ ਪੁਲ ਹੈਗਾ ਛੋਟਾ ਜਿਹਾ ਝੂਲਾ ਅਤੇ ਉੱਥੇ ਆਪਾਂ ਕਰਦੇ ਹਾਂ ਆਪਦੀਆਂ ਫੋਟੋਆਂ ਹੈ ਨਾ ਅਤੇ ਵੀਡੀਓ ਬਣਾ ਲਾਂਗੇ ਨਾਲੇ ਵੀ ਤੁਹਾਨੂੰ ਦਿਖਾਉਣੇ ਆ ਅਤੇ ਇਹ ਆਈ ਪਹਾੜ ਆਪਾਂ ਕੈਂਪ ਕੀਤਾ ਸੀ ਉਹ ਸਾਈਡ ਉਹ ਸਾਹਮਣੇ ਰਹਿ ਗਈ ਹੈ ਨਾ ਉੱਥੇ ਜੀ ਉੱਥੋਂ 1 ਕਿਲੋਮੀਟਰ 'ਤੇ ਆ ਇਹ ਪੁਲ ਹੈ ਨਾ ਝੂਲਾ ਬਣਿਆ ਜਿਵੇਂ ਆਪਣੇ ਰਿਸ਼ੀਕੇਸ਼ 'ਚ ਰਾਮ ਝੂਲਾ ਲਕਸ਼ਮਣ ਝੂਲਾ ਨਹੀਂ ਬਣੇ ਉਸ ਟਾਈਪ ਦਾ ਝੂਲਾ ਬਣਿਆ ਅਤੇ ਆਪਾਂ ਥੱਲੇ ਚੱਲਦੇ ਨਾਲੇ ਫੋਟਾ ਫੋਟਾ ਖਿੱਚਦੇ ਨਾਲੇ ਵੀਡੀਓ ਬਣਾ ਲੈਣਾ ਅਤੇ ਇਹ ਪਿੰਡ ਹੈ ਇੱਕ ਛੋਟਾ ਜਿਹਾ ਨਾਮ 'ਤੇ ਤਾਂ ਮੈਨੂੰ ਪਤਾ ਨਹੀਂ ਕੀ ਆ ਅਤੇ ਇੱਥੋਂ ਹੀ ਆਪਾਂ ਰਾਤੀ ਰੋਟੀ ਵਗੈਰਾ ਇੱਥੋਂ ਖਾਧੀ ਸੀ ਸਾਰੀ ਤੁਹਾਨੂੰ ਰੋਟੀ ਪਾਣੀ ਖਾਣ ਨੂੰ ਮਿਲ ਜੂਗਾ ਮੈਂ ਨੰਬਰ ਤੁਹਾਨੂੰ ਸ਼ੇਅਰ ਕਰ ਦੂੰਗਾ ਜਿੱਥੇ ਆਪਾਂ ਟੈਂਟ ਵਾਲੇ ਦਾ ਅਤੇ ਤੁਸੀਂ ਜ਼ਰੂਰ ਜਾ ਕੇ ਉਹਨਾਂ ਨਾਲ ਕੰਟੈਕਟ ਕਰ ਲਿਓ ਵਧੀਆ ਬੰਦੇ ਆ ਅਤੇ ਜ਼ਰੂਰ ਮਿਲਿਓ ਅਤੇ ਜਿਹੜੇ ਹਿਸਾਬ ਨਾਲ ਇਹ ਮੈਨੂੰ ਪੁਲ ਦੀ ਪੋਜੀਸ਼ਨ ਲੱਗਦੀ ਆ ਅਤੇ ਕਾਫੀ ਪੁਰਾਣਾ ਪੁਲ ਲੱਗਦਾ ਨਵਾਂ ਨਹੀਂ ਹੈ ਕਿਉਂਕਿ ਲੱਕੜਾਂ ਵੀ ਵੇਖੋ ਕਿੰਨੀਆਂ ਪੁਰਾਣੀਆਂ ਬਿਲਡਿੰਗ ਜੀ ਆ ਬੁਰਜੀ ਕਿੱਡੀ ਪੁਰਾਣੀ ਹੈ ਨਾ ਨਵੀਂ ਨਹੀਂ ਗੀ ਇਹ ਬਣਿਆ ਹੋਇਆ ਕਾਫੀ ਪੁਰਾਣਾ ਪਹਿਲੋਂ ਜਦੋਂ ਦਰਅਸਲ ਇੱਧਰ ਆਵਾਜਾਈ ਹੁੰਦੀ ਨਹੀਂ ਸੀ ਹੁਣ ਹੀ ਜ਼ਿਆਦਾ ਟ੍ਰੈਫਿਕ ਆਉਣਾ ਸ਼ੁਰੂ ਹੋਇਆ ਵਾ ਟੂਰਿਸਟ ਜਾਂ ਇਹਨਾਂ ਦਾ ਗੱਡੀਆਂ ਗੁੱਡੀਆਂ ਦਾ ਤਾਂ ਪਹਿਲੋਂ ਮਿਲਣਾ ਤਾਂ ਇਸੀ ਇਹੀ ਕਰੋਸਿੰਗ ਹੋਣੀ ਇਹਨਾਂ ਦੀ ਹੈ ਨਾ ਇਹ ਵੁੱਡਨ ਦਾ ਸਾਰਾ ਲੱਕੜ ਦੇ ਵੱਟਿਆਂ ਦਾ ਬਣਿਆ ਅਤੇ ਮੈਨੂੰ ਲੱਗਦਾ ਥੋੜ੍ਹਾ ਝੂਲਦਾ ਵੀ ਆ ਜਿਵੇਂ ਨਹੀਂ ਹਿੱਲਦਾ ਹੁੰਦਾ ਜੰਪ ਕਰਦਾ ਥੋੜ੍ਹਾ ਜਿਹਾ ਅਤੇ ਬਾਕੀ ਇੱਥੋਂ ਲੋਕੇਸ਼ਨ ਚੰਗੀ ਬਣਦੀ ਮੈਂ ਕਿਹਾ ਚੱਲ ਉੱਤਰ ਦੇ ਨਾਲੇ ਤੁਹਾਨੂੰ ਦਿਖਾਉਣੇ ਆ ਕੁਛ ਨਾ ਕੁਛ ਅਤੇ ਨਾਲੇ ਆਪਾਂ ਥੋੜ੍ਹੀ ਫਿਰ ਫੋਟੋਗ੍ਰਾਫੀ ਵੀ ਕਰ ਲਾਂਗੇ ਨਾ ਦੇਖ ਲਓ ਜੀ ਸਿੱਧੂ ਮੂਸੇ ਵਾਲਾ ਇੱਥੇ ਹੀ ਫੇਮਸ ਆ ਵੀਰੇ ਮਿਲੇ ਸਾਨੂੰ ਤਾਂ ਸੁਣਦੇ ਪਏ ਸੀ ਹੈ ਨਾ ਟਰੈਕਟਰ ਆਉਂਦਾ ਮੈਂ ਪਾਸੇ ਕਰ ਦੇਣਾ ਸਿੱਧੂ ਮੂਸੇ ਵਾਲਾ ਬਹੁਤ ਬਹੁਤ ਥੈਂਕ ਯੂ ਵੀਰ ਜੀ ਹਵਾ ਕੀ ਨਾਮ ਬੋਲੋ ਤੁਸੀਂ ਇਸਕਾ ਹਵਾ ਕਾਤੂਨ ਠੀਕ ਹੈ ਅੱਛਾ ਹਵਾ ਕਾਤੂਨ ਠੀਕ ਹੈ ਭਈਆ ਥੈਂਕ ਯੂ ਦੇਖ ਲਓ ਜੀ ਸਿੱਧੂ ਦੇ ਇੱਥੇ ਵੀ ਫੈਨ ਤੁਰੇ ਫਿਰਦੇ ਨਾ ਪਹਾੜਾਂ 'ਚ ਗੁਰੇਜ਼ ਵੈਲੀ ਕਿੰਨੀ ਦੂਰ ਆ ਲੰਘ ਜਾ ਭਰਾਵਾ ਲੰਘ ਜਾ ਇੱਕ ਜਿਹੜੀ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਵਿਖਾਉਣਾ ਸੀ ਜਿਹਦੇ ਕਰਕੇ ਰੁਕੇ ਸੀ ਪੁੱਛਣ ਵਾਸਤੇ ਆਪਾਂ ਉਹ ਸਾਹਮਣੇ ਇੱਕ ਵੇਖੋ ਪਹਾੜ ਦੀ ਚੋਟੀ ਆ ਸਾਹਮਣੇ ਹੈ ਨਾ ਹਵਾ ਖਾਤੂਨ ਪੀਕ ਬੋਲਦੇ ਇਹਨੂੰ ਹੈ ਨਾ ਚਲੋ ਆਪਾਂ ਨੇੜੇ ਚੱਲਦੇ ਡਾਵਰ ਅਤੇ ਅੱਗੇ ਨਾਲੇ ਤੁਹਾਨੂੰ ਇਹ ਦਿਖਾਉਂਦੇ ਨਾ ਡਾਵਰ ਦੀ ਲਾਈਨ ਲੋਕੇਸ਼ਨ ਹਵਾ ਖਾਤੂਨ ਪੀਕ ਹਵਾ ਖਾਤੂਨ ਪੀਕ ਪਤਾ ਨਹੀਂ ਸਹੀ ਬੋਲਦੇ ਕਿ ਨਹੀਂ ਕਿਉਂਕਿ ਨਾਮ 'ਚ ਕਈ ਵਾਰੀ ਪ੍ਰੋਨਾਊਂਸ ਕਰਨ 'ਚ ਵੀ ਦਿੱਕਤ ਹੋ ਜਾਂਦੀ ਪਰ ਇਹਦੇ ਪਹਾੜ ਦੀ ਲੋਕੇਸ਼ਨ ਬਹੁਤ ਸੋਹਣੀ ਹੈ ਅਤੇ ਬਾਕੀ ਬਾਈ ਹੀ ਰਹੀ ਸਿੱਧੂ ਮੂਸੇ ਵਾਲੇ ਦੇਖ ਲਓ ਥਾਪੀ ਮਾਰੀ ਪੱਟ ਦੇ ਇਹਦਾ ਨਜ਼ਾਰਾ ਲਿਆਦਾ ਕਿ ਨਹੀਂ ਵਾਕਈ ਜੱਟ ਨੇ ਬਹੁਤ ਕੁਝ ਖੱਟਿਆ ਹੈ ਨਾ ਇਹ ਹੁਣ ਗੱਲ ਵੱਖਰੀ ਹੈ ਕਿ ਚਲੋ ਜੋ ਵੀ ਹੋਇਆ ਮਾੜਾ ਹੋਇਆ ਪਰ ਰਹਿੰਦੀ ਦੁਨੀਆ ਤੱਕ ਮੈਨੂੰ ਲੱਗਦਾ ਨਹੀਂ ਲੋਕ ਭੁੱਲਣਗੇ ਵਧੀਆ ਲੋਕੇਸ਼ਨ ਆ ਰਹੀ ਹਵਾ ਖਾਤੂਨ ਪੀਕ ਦੇਖ ਰਿਹਾ ਤੇਰਾ ਤੁਹਾਨੂੰ ਇਹ ਸ਼ਹਿਰ ਡਾਵਰ ਸ਼ਹਿਰ ਡਾਵਰ ਤੁਸੀਂ ਆ ਕੇ ਇੱਥੇ ਵੀ ਰਹਿ ਸਕਦੇ ਮਗਰ ਜਿੱਥੇ ਅਸੀਂ ਰੁਕੇ ਸੀ ਉੱਥੇ ਕੈਂਪਿੰਗ ਵੀ ਕਰ ਸਕਦੇ ਤੁਹਾਨੂੰ ਰਿਸੋਰਟ ਵੀ ਮਿਲ ਜਾਣਗੇ ਹੋਟਲ ਵਗੈਰਾ ਮਿਲ ਜੂਗਾ ਅਤੇ ਸਾਹਮਣੇ ਜਿਹੜਾ ਪਹਾੜ ਦੀ ਪੀਕ ਵੇਖੋ ਕਿੱਡਾ ਸੋਹਣਾ ਲੱਗਦਾ ਪਿਆ ਹੈ ਨਾ ਘੈਂਟ ਲੋਕੇਸ਼ਨ ਹੈ ਮਤਲਬ ਇੱਥੋਂ ਦਾ ਇਹ ਸੋਹਣਾ ਲੱਗਦਾ ਇਹਦੇ ਇਹਨੂੰ ਜਿਵੇਂ ਚੰਗਾ ਸਮਝਦੇ ਇਹ ਲੋਕ ਸ਼ਹਿਰ ਦਾ ਬਾਜ਼ਾਰ ਹੈ ਨਾ ਛੋਟਾ ਜਿਹਾ ਸ਼ਹਿਰ ਆ ਕਸਬਾ ਕਹਿ ਲਓ ਆਪਣਾ ਤਾਂ ਪਿੰਡ ਰਗਾ ਹੀ ਹੈ ਵੈਸੇ ਪਰ ਇੱਥੇ ਤੁਹਾਨੂੰ ਮਾਰਕੀਟ ਮਿਲ ਜੂਗੀ ਜੇ ਕੁਛ ਖਾਣਾ ਪੀਣਾ ਹੋਵੇ ਉਹ ਵੀ ਮਿਲ ਸਕਦਾ ਇੱਥੇ ਹੈ ਨਾ ਅਤੇ ਜੂਸ ਵਗੈਰਾ ਜੋ ਵੀ ਮਿਲਣਾ ਇੱਥੇ ਫਰੂਟ ਜੂਸ ਜੋ ਮਰਜ਼ੀ ਲਓ ਹੈ ਨਾ ਇੱਥੇ ਆਪਾਂ ਜੇ ਐਨ ਕੇ ਬੈਂਕ ਕੱਲ੍ਹ ਬੈਲਟ ਦਿੱਤੀ ਸੀ ਉਹ ਬੈਲਟ ਫੜਨੀ ਆਪਾਂ ਦਰਅਸਲ ਕੱਲ੍ਹ ਲਾਸਟ ਵਲੌਗ ਜਿਨ੍ਹਾਂ ਨੇ ਦੇਖਿਆ ਉਹਦੇ 'ਚ ਆਪਣਾ ਇੱਕ ਗੱਡੀ ਦੀ ਟੈਂਕੀ ਫਟ ਗਈ ਸੀ ਉਹਨਾਂ ਨੂੰ ਆਪਾਂ ਬੈਲਟ ਦਿੱਤੀ ਸੀ ਉਹ ਇੱਥੇ ਆ ਉਹਨਾਂ ਤੋਂ ਮੈਂ ਇਹੀ ਕਿਹਾ ਚਲੋ ਬੈਲਟ ਫੜ ਲਈ ਆਪਣੀ ਉਹ ਸਾਹਮਣੇ ਸੀ ਬੈਲਟ ਜਿਹੜੀ ਕੱਲ੍ਹ ਆਪਾਂ ਫੜਾਈ ਸੀ ਉਹਨਾਂ ਨੂੰ ਉਹ ਲੈਂਦੇ ਉਹ ਸਾਫ਼ ਕਰੀ ਜਾਂਦੇ ਦਰਅਸਲ ਕੱਲ੍ਹ ਇਹਨਾਂ ਦੀ ਗੱਡੀ ਦੀ ਟੈਂਕੀ ਫਟ ਗਈ ਸੀ ਅਤੇ ਇੱਥੇ ਫਿਰ ਇਹਨਾਂ ਨੂੰ ਬੈਲਟ ਦਿੱਤੀ ਸੀ ਆਪਾਂ ਟੋਸ਼ਨ ਬਾਕੀ ਲੋਕੇਸ਼ਨ ਬਹੁਤ ਸੋਹਣੀ ਯਾਰ ਵਾਕਈ ਗੁਰੇਜ਼ ਵੈਲੀ ਬੈਸਟ ਮਤਲਬ ਆਪਣੇ ਟੂਰ ਦਾ ਇੱਕ ਵਧੀਆ ਜਿਹੜਾ ਲੋਕੇਸ਼ਨ ਝੁਕਣਿਆ ਜਾਊਗਾ ਇੰਡੀਆ ਟੂਰ ਦੇ ਤੋਂ ਅਤੇ ਚਾਰ ਚੁਫੇਰੇ ਸੋਹਣੇ ਸੋਹਣੇ ਬਰਫਲੇ ਪਹਾੜ ਉਹ ਸਾਹਮਣੇ ਦੇਖੋ ਹੈ ਨਾ ਇੱਧਰਲੀ ਸਾਈਡ ਏ ਉੱਪਰ ਬਹੁਤ ਸੋਹਣਾ ਚਲੋ ਚਾਹ ਦੇ ਲਈ ਬੈਲਟ ਅਤੇ ਫਿਰ ਖਾਣੇ ਪਰੌਂਠੇ ਗਿਆ ਮੈਂ ਸਾਹਮਣੇ ਆਹ ਪਤਾ ਨਹੀਂ ਇੱਕ ਪਾਰਕ ਬਣਿਆ ਸਰਕਾਰੀ ਬੈਠਣ ਨੂੰ ਵਧੀਆ ਨਾ ਆਪਣੇ ਅਸੀਂ ਇੱਥੇ ਮੈਂ ਤੁਹਾਨੂੰ ਦਿਖਾਉਣਾ ਇੱਕ ਮਿੰਟ ਇਹ ਜਗ੍ਹਾ 'ਤੇ ਲੁਕੇ ਹਾਂ ਜੀ ਪਰੌਂਠੇ ਖਾਣੇ 'ਤੇ ਤੁਹਾਨੂੰ ਜੇ ਤੁਸੀਂ ਕੈਂਪਿੰਗ ਕਰ ਰਹੇ ਤਾਂ ਪਰੌਂਠੇ ਖਾ ਕੇ ਮਿਲ ਸਕਦੇ ਤੁਹਾਨੂੰ ਹੈ ਨਾ ਨਿਸ਼ਾਨੀ ਹੈਗੀ ਆ ਪਾਰਕ ਦੇ ਬਿਲਕੁਲ ਸਾਹਮਣੇ ਇੱਥੇ ਆ ਕੇ ਪਰੌਂਠੇ ਖਾਓ ਅਤੇ ਫਰੈਸ਼ ਹੋਣ ਲਈ ਬਾਥਰੂਮ ਅੰਦਰ ਵੀ ਹੈਗਾ ਵਾ ਉਹ ਵੀ ਤੁਸੀਂ ਯੂਜ਼ ਕਰ ਸਕਦੇ ਆਪਾਂ ਅੱਗੇ ਇੱਕ ਤਲੇਲ ਵੈਲੀ ਹੈਗੀ ਉੱਧਰ ਨੂੰ ਸ਼ਾਇਦ ਨਾ ਜਾਈਏ ਪਰ ਇਹ ਇੱਕ ਜਿਹੜਾ ਪਹਾੜ ਆ ਹਾਪਾ ਕਾ ਤੁਹਾਨੂੰ ਪਤਾ ਨਹੀਂ ਨਾਮ ਬਹੁਤ ਔਖੇ ਇਹਨਾਂ ਦੇ ਬਹੁਤ ਨਾਲ ਮੁਸਲਿਮ ਨਾਮ ਕਰਕੇ ਥੋੜ੍ਹਾ ਚੜ੍ਹਦਾ ਨਹੀਂ ਮੂੰਹ 'ਤੇ ਬਹੁਤ ਸੋਹਣਾ ਪਹਾੜ ਆ ਇੱਧਰ ਨੂੰ ਸ਼ਾਇਦ ਆਪਾਂ ਜਾ ਆਈਏ ਹੁਣ ਇੱਧਰ ਨੂੰ ਚੱਲਦੇ ਹਾਂ ਅਤੇ ਫਿਰ ਇੱਕ ਇੱਥੇ ਕਹਿੰਦੇ ਆ ਵਾਟਰਫਾਲ ਦੇਖ ਕੇ ਅਤੇ ਵਾਪਸ ਆ ਜਾਏ ਅਤੇ ਆ ਕੇ ਚਾਹ ਨਾਲ ਪਰੌਂਠੇ ਸਵੇਰੇ ਸਵੇਰੇ ਇਹਨਾਂ ਪਰੌਂਠੇ ਤਲ ਕੇ ਮਿਲਦੇ ਇੱਥੇ ਆਲੂ ਵਾਲਾ ਪਰੌਂਠਾ ਇਹਨੇ ਤਸੱਲੀ ਬਖਸ਼ ਕੰਮ ਅਤੇ ਸਾਹਮਣੇ ਲੋਕੇਸ਼ਨ ਬਾਹਰ ਦੀ
ਪਰੌਂਠੇ ਆਪਾਂ ਲਏ ਆ ਛਾਕ ਹੈ ਨਾ ਪਰੌਂਠੇ ਪਰੌਂਠੇ ਖਾ ਕੇ ਤੇ ਹੁਣ ਥੋੜ੍ਹਾ ਟੈਕਰੇ ਜਿਹਾ ਹੋਇਆ ਸਰੀਰ ਹੈ ਨਾ ਥੋੜ੍ਹੀ ਐਨਰਜੀ ਆ ਜਾਂਦੀ ਨਾ ਪਰੌਂਠੇ ਅਤੇ ਪੀਜ਼ੇ ਵਰਗੇ ਸੀ ਦੇਖ ਹੀ ਲਿਆ ਹੈ ਨਾ ਮਤਲਬ ਥੋੜ੍ਹਾ ਜ਼ਿਆਦਾ ਤਲ ਕੇ ਮੈਦਾ ਯੂਜ਼ ਜ਼ਿਆਦਾ ਕਰਦੇ ਆਟਾ ਪੰਜਾਬ ਵਰਗੇ ਪਰੌਂਠੇ ਤਾਂ ਨਹੀਂ ਮਿਲਦੇ ਬਟ ਜਿਵੇਂ ਦੇ ਮਿਲਦੇ ਨਾ ਟਾਈਮ ਪਾਸ ਹੋ ਜਾਂਦਾ ਹੁਣ ਆਪਾਂ ਉਹ ਸਾਡਾ ਪਹਾੜ ਸਾਹਮਣੇ ਦੇਖ ਰਿਹਾ ਟ੍ਰੈਂਕਲ ਬਿਲਕੁਲ ਇਹਦੇ ਹੁਣ ਆਪਾਂ ਜੜ੍ਹ 'ਚ ਵਾਟਰਫਾਲ ਆ ਉੱਥੇ ਚੱਲਦੇ ਹੈ ਨਾ ਉੱਥੇ ਚੱਲਦੇ ਹਾਂ ਅਤੇ ਦੇਖਦੇ ਹਾਂ ਫਿਰ ਹੈ ਨਾ ਹਫਾ ਖਾਤੁਨ ਪਤਾ ਨਹੀਂ ਨਾ ਬੜਾ ਔਖਾ ਹੀ ਆ ਸੱਚੀ ਤਿੰਨ ਚਾਰ ਵਾਰੀ ਕਹਿੰਦਾ ਮੈਂ ਫਿਰ ਵੀ ਚੇਤਾ ਹੀ ਨਹੀਂ ਹੁੰਦਾ ਲਓ ਜੀ ਦੇਖ ਲਓ ਇੱਧਰ ਮੈਂ ਤੁਹਾਨੂੰ ਸ਼ੀਸ਼ਾ ਖੋਲ ਕੇ ਦਿਖਾਉਣਾ ਹੈ ਨਾ ਹਫਾ ਖਾਤੁਨ ਇਹ ਇੱਥੇ ਅੱਗੇ ਪਿੰਡ ਵੀ ਆਊਗਾ ਅਤੇ ਇਹ ਜਿਹੜਾ ਦੇਖੋ ਨਾਲ ਕੰਡੇ ਵਾਲੀ ਤਲ ਗਿਆ ਬਾਰਡਰ ਏਰੀਏ 'ਚ ਬਿਲਕੁਲ ਹੈ ਨਾ ਇੱਥੋਂ ਬਾਰਡਰ ਬਿਲਕੁਲ ਪਾਕਿਸਤਾਨ ਦਾ ਬਾਰਡਰ ਬਿਲਕੁਲ ਨਜ਼ਦੀਕ ਪੈਂਦਾ ਜਿੱਥੇ ਆਪਾਂ ਫਿਰਦੇ ਹਾਂ ਅਤੇ ਆਪਣੇ ਪੰਜਾਬ 'ਚ ਵੀ ਵੈਸੇ ਨੇੜੇ ਪੈਂਦਾ ਕੋਈ ਚੱਕਰ ਵਾਲੀ ਗੱਲ ਨਹੀਂ ਬਾਰਡਰ ਬੂਰਡਰ ਦੀ ਤਾਂ ਅਤੇ ਬਾਕੀ ਜਿਹੜਾ ਚੀਜ਼ ਹੈ ਆਪਾਂ ਵੇਖ ਰਹੇ ਹਾਂ ਪਿੰਡ ਆ ਅਤੇ ਇੱਥੇ ਦੇਖਦੇ ਹਾਂ ਅਗਾਂਹ ਕੀ ਦੇਖਣ ਵਾਲਾ ਵਾ ਕੋਈ ਵਾਟਰਫਾਲ ਕਹਿੰਦਾ ਕੋਈ ਕੋਈ ਸਪਰਿੰਗ ਕਹਿੰਦਾ ਸਮਝ ਨਹੀਂ ਆਉਂਦੀ ਕੀ ਹਿਸਾਬ ਕਿਤਾਬ ਇੱਕ ਤਾਂ ਉਹ ਨਿੱਕਾ ਜਿਹਾ ਪੋਲ ਆਇਆ ਦੇਖਦੇ ਹਾਂ ਆਪਾਂ ਪਹੁੰਚ ਗਏ ਹਫਾ ਖਾਤੁਨ ਸਪਰਿੰਗ ਵੱਜਦਾ ਇਹ ਹਫਾ ਖਾਤੁਨ ਸਪਰਿੰਗ ਮੈਂ ਤੁਹਾਨੂੰ ਬੋਰਡ ਜਾਂਦੇ ਦਿਖਾ ਦੂੰਗਾ ਅਤੇ ਜੇ ਤੁਸੀਂ ਆਉਣਾ ਇੱਥੇ ਹੈ ਨਾ ਅਤੇ ਲੋਕੇਸ਼ਨ ਚੰਗੀ ਹੈਗੀ ਹੈ ਵੀ ਇਹ ਜਦੋਂ ਤੁਸੀਂ ਗ੍ਰੇਜ਼ ਵੈਲੀ ਆਓਗੇ ਤਾਂ ਇੱਥੇ ਵੇ ਆ ਹੀ ਜਾਇਓ ਕੋਈ 2 ਮਿੰਟ ਦਾ ਰਸਤਾ ਹੈਗਾ ਕੁੱਡੀ ਵੱਧ ਤੋਂ 10 ਮਿੰਟ ਲੱਗਦੇ ਇੱਥੇ ਆਉਣ 'ਤੇ ਬਸ ਇਹਨਾਂ 2 ਚੈੱਕ ਪੋਸਟਾਂ ਹੁੰਦੀਆਂ ਮਹਾਰਾਜ ਉਹ ਤੁਸੀਂ ਆਪਦੀਆਂ ਕਰਾ ਕੇ ਇੱਥੇ ਪਹੁੰਚੋ ਅਤੇ ਦੇਖੋ ਕੁਦਰਤੀ ਨਜ਼ਾਰੇ ਅਤੇ ਤੁਹਾਨੂੰ ਉਹ ਕਸ਼ਮੀਰ ਵਿਖਾ ਰਿਹਾ ਜਿਹੜਾ ਸ਼ਾਇਦ ਤੁਹਾਨੂੰ ਕਿਸੇ ਨੇ ਨਹੀਂ ਵਿਖਾਇਆ ਹੋਊਗਾ ਕੋਸ਼ਿਸ਼ ਕਰ ਰਿਹਾ ਕੁਛ ਵਧੀਆ ਕਰਨ ਦੀ ਅਤੇ ਬਲੌਗ ਨੂੰ ਫਿਰ ਲਾਈਕ ਜ਼ਰੂਰ ਕਰ ਦਿਆ ਕਰੋ ਨਾ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਆ ਕਰੋ ਸਾਹਮਣੇ ਆਪਾਂ ਇੱਕ ਪੁਲ ਦੇ ਉੱਤੋਂ ਦੀ ਗੁਜ਼ਰਾਂਗੇ ਹੁਣ ਇਹੋ ਜਿਹੇ ਪੁਲ ਨਦੀਆਂ ਦੇ ਉੱਤੋਂ ਦੀ ਆਮ ਹੀ ਬਣੇ ਇੱਥੇ ਨਾ ਅਤੇ ਜਿਹੜਾ ਪਹਾੜ ਦੀ ਨਾ ਸ਼ੇਪ ਬੜੀ ਟ੍ਰਾਇੰਗਲ ਸ਼ੇਪ ਨਹੀਂ ਜਿਵੇਂ ਅੱਗੇ ਵੀ ਤੁਹਾਨੂੰ ਵਿਖਾਇਆ ਸੀ ਐਨ ਪੂਰੀ ਤਕੂਣ ਦੀ ਤਰ੍ਹਾਂ ਸਿੱਧਾ ਤਿੱਖਾ ਦਾ ਨੂੰ ਅਤੇ ਇੱਕ ਇੱਧਰਲੇ ਬੰਨੇ ਨਾ ਸੋਹਣੇ ਸੋਹਣੇ ਘਰ ਹੋਏ ਇੱਥੇ ਇੱਕ ਪਿੰਡ ਏਰੀਆ ਜਾਵੇ ਛੋਟਾ ਜਿਹਾ ਮਤਲਬ ਪੇਂਡੂ ਏਰੀਆ ਬਣਿਆ ਹੋਇਆ ਵਾ ਜਿਵੇਂ ਆਪਣੇ ਪਿੰਡ ਨਹੀਂ ਹੁੰਦੇ ਪੰਜਾਬ ਦੇ ਉਹਦੇ 'ਚ ਬਣਿਆ ਇੱਧਰ ਨਦੀ ਅਤੇ ਨਾਲ ਤਾਂ ਹਫਾ ਖਾਤੁਨ ਸੀ ਜਿਹੜਾ ਟੂਰਿਸਟ ਮਤਲਬ ਜਿੱਥੋਂ ਤੱਕ ਜਾਂਦਾ ਵਾ ਉਹ ਤੁਹਾਨੂੰ ਮੈਂ ਦਿਖਾ ਦਿੰਦਾ ਪਹਾੜ ਇਹੀ ਆ ਜਿਹੜਾ ਦੂਰੋਂ ਦੇਖਦਾ ਸੀ ਟ੍ਰੈਂਗਲ ਵਾਲਾ ਜਿਹੜਾ ਸਾਹਮਣਾ ਦੇਖ ਰਹੇ ਅਤੇ ਇਹਦੇ ਆਪਾਂ ਉਹ ਉੱਥੋਂ ਤੱਕ ਟੂਰਿਸਟ ਜਾਂਦੇ ਗੱਡੀਆਂ ਖੜੀਆਂ ਉੱਥੇ ਤੱਕ ਜਾ ਕੇ ਫਿਰ ਕਰਦੇ ਗੱਲਬਾਤ ਬਾਕੀ ਤੁਸੀਂ ਲੋਕੇਸ਼ਨ ਵੇਖ ਲਓ ਹੈ ਨਾ ਇੱਕ ਨੂੰ ਤਾਂ ਐਨ ਪੂਰਾ ਗਰਾਊਂਡ ਬਣਿਆ ਹੋਇਆ ਨਾ ਸੇਬਾਂ ਦੇ ਪਤਾ ਨਹੀਂ ਦਰਖਤ ਦਰੁਖਤ ਆ ਸੇਬ ਨਹੀਂ ਲੱਗਦੇ ਮੈਨੂੰ ਹੈ ਨਾ ਆਹ ਸੇਬ ਦਾ ਦਰਖਤ ਆ ਵੀ ਫੁੱਲ ਲੱਗੇ ਲੱਗਣਗੇ ਗਾਂ ਇਹਨਾਂ ਨੂੰ ਫੁੱਲ ਵੱਧ ਰਹੇ ਹਾਂ ਅੱਗੇ ਵਾਲੇ ਨੂੰ ਹੁਣ ਅੱਗੇ ਹਫਾ ਖਾਤੁਨ ਕੋਈ ਨਾ ਲੇਡੀਜ਼ ਹੋਈ ਜਾਂਦੇ ਉਹਨੇ ਪੋਇਟਰੀ ਵਗੈਰਾ ਲਿਖੀ ਇੱਥੇ ਆ ਕੇ ਕੋਈ ਉਹਦੀ ਅੱਗੇ ਜਗ੍ਹਾ ਵਾ ਪਤਾ ਨਹੀਂ ਲੋਕਲ ਸਨ ਉਹ ਕੋਈ ਟੂਰਿਸਟ ਆਈ ਉਹਨਾਂ ਨੇ ਦੱਸਿਆ ਨਾ ਨਹੀਂ ਤਾਂ ਅਸੀਂ ਵੀ ਪਿੱਛੇ ਮੁੜ ਚਲੇ ਸੀ ਫਿਰ ਆਖਿਆ ਚੱਲ ਇੱਕ 5 ਮਿੰਟ ਦਾ ਰਸਤਾ ਹੈਗਾ ਵਾ ਪੈਦਲ ਆਪਾਂ ਗੱਡੀਆਂ ਉਹ ਜਿੱਥੇ ਪੁੱਲ ਜਾਂਦੀ ਦਾ ਮੁੰਡੇ ਜਾਂਦੇ ਉੱਥੇ ਆਪਾਂ ਗੱਡੀਆਂ ਲਾਈਆਂ ਕਹਿੰਦੇ 5-10 ਮਿੰਟ ਦਾ ਰਸਤਾ ਹੈਗਾ ਤੁਰ ਕੇ ਅਤੇ ਵੇਖਦੇ ਹਾਂ ਚਲੋ ਵੀ ਕੀ ਮਿਲਦਾ ਅੱਗੇ ਕੁਛ ਮਿਲਦਾ ਦੇਖਣ ਨੂੰ ਜਾਂ ਧੱਕੇ ਹੀ ਆ ਉਹ ਜਾ ਕੇ ਪਤਾ ਲੱਗੂਗਾ ਅਤੇ ਚਲੋ ਚੱਲਦੇ ਫਿਰ ਹੌਲੀ ਹੌਲੀ ਹੈ ਨਾ ਬਾਕੀ ਲੋਕੇਸ਼ਨਾਂ ਤਾਂ ਤੁਹਾਨੂੰ ਦਿਖਾਈ ਹੋਣੇ ਨਾਲ ਦੀ ਨਾਲ ਪਹੁੰਚ ਕੇ ਹਫਾ ਖਾਤੁਨ ਸਪਰਿੰਗ ਹਾਂ ਵਾਸੇ ਹਾਂ ਉੱਧਰ ਦੀ ਬਣਾਉਣੇ ਵੀਡੀਓ ਆਪਾਂ ਜਾਂਦੇ ਨੀਚੇ ਅਤੇ ਦਰਅਸਲ ਹਫਾ ਖਾਤੁਨ ਜਿਹੜਾ ਪਹਾੜ ਆ ਇਹਦੇ ਵਿੱਚ ਜਿਹੜਾ ਚਸ਼ਮਾ ਨਿਕਲਦਾ ਵਾ ਨਾ ਅਤੇ ਪਹਾੜ 'ਤੇ ਮੈਂ ਤੁਹਾਨੂੰ ਥੱਲੇ ਜਾ ਕੇ ਦਿਖਾਉਣਾ ਵਾ ਇਹ ਇੰਨਾ ਉੱਚਾ ਪਹਾੜ ਆ ਕੋਈ ਪਤਾ ਨਹੀਂ ਕਿੱਧਰੋਂ ਪਾਣੀ ਆਈ ਜਾਂਦਾ ਵਾ ਨਾ ਅਤੇ ਪਾਣੀ ਵੀ ਬਹੁਤ ਆਉਂਦਾ ਵਾ ਦਿਖਾਉਣਾ ਚਲੋ ਥੱਲੇ ਚੱਲਦੇ ਆਪਾਂ ਦਿਖਾਉਣੇ ਤੁਹਾਨੂੰ ਅਤੇ ਜਿਹੜਾ ਚਸ਼ਮਾ ਫੁੱਟਦਾ ਪਾਣੀ ਵੀ ਕੋਈ ਥੋੜ੍ਹਾ ਨਹੀਂ ਉਹਦਾ ਬਹੁਤ ਆਉਂਦਾ ਵਾ ਨਾ ਹਵੇ ਇੱਧਰ ਦੀ ਮੈਂ ਤੁਹਾਨੂੰ ਦਿਖਾਉਣਾ ਵਾ ਇੱਕ ਇੱਧਰ ਦੀ ਆਹ ਡਿੱਗਦਾ ਦੇਖੋ ਕਿੱਡਾ ਸੋਹਣਾ ਲੱਗਦਾ ਪਾਣੀ ਹੈ ਨਾ ਪਰ ਜਿਹੜਾ ਆ ਰਿਹਾ ਉਹ ਦੇਖੋ ਸਾਹਮਣੇ ਇਹਦਾ ਕੋਈ ਪਤਾ ਨਹੀਂ ਕਿੱਥੋਂ ਅੰਦਰੋਂ ਪਹਾੜ ਦੇ ਵਿੱਚੋਂ ਹੀ ਪਾਣੀ ਕਿੱਧਰੋਂ ਨਿਕਲੀ ਆਉਂਦਾ ਸਮਝ ਨਹੀਂ ਆਉਂਦੀ ਕੋਈ ਅਤੇ ਪਹਾੜ ਵੀ ਇਹ ਬਹੁਤ ਆ ਵੱਡਾ ਵਾ ਛੋਟਾ ਨੀਗਾ ਅਤੇ ਸਾਰਾ ਇਹ ਪਹਾੜ ਦੇ ਅੰਦਰੋਂ ਪਾਣੀ ਆਉਂਦਾ ਅਤੇ ਨਦੀ ਦੇ ਵਿੱਚ ਆ ਕੇ ਪਈ ਜਾਂਦਾ ਸਾਹਮਣੇ ਲੱਗੇ ਜਾਣਾ ਬਹੁਤ ਘੈਂਟ ਆ ਨਾ ਅਸੀਂ ਤਾਂ ਪਿੱਛੇ ਮੁੜ ਚਲੇ ਸੀ ਦਰਅਸਲ ਸਾਨੂੰ ਕਿਸੇ ਨੇ ਦੱਸਿਆ ਫਿਰ ਅਸੀਂ ਗਾਂ ਆਏ ਹੈ ਨਾ ਕਈ ਵਾਰੀ ਪਤਾ ਨਹੀਂ ਲੱਗਦਾ ਹੁੰਦਾ ਨਾ ਕਿ ਪਹਾੜ ਦੇ ਵਿੱਚੋਂ ਵਿੱਚੋਂ ਕਿੰਨਾ ਪਾਣੀ ਨਿਕਲੀ ਜਾਂਦਾ ਇਹ ਤੁਹਾਨੂੰ ਇਹ ਚਸ਼ਮਾ ਦਿਖਾਤਾ ਹੈ ਨਾ ਪਹਾੜ ਮੈਂ ਤੁਹਾਨੂੰ ਪਹਿਲਾਂ ਦਿਖਾਤਾ ਅਤੇ ਪਰ ਇੱਧਰ ਵੀ ਤੁਹਾਨੂੰ ਮੈਂ ਕੁਝ ਦਿਖਾਉਣਾ ਹੈ ਨਾ ਇੱਕ ਚਸ਼ਮਾ ਉਹ ਡਿੱਗਦਾ ਪਿਆ ਕਿੱਡਾ ਘੈਂਟ ਲੱਗਦਾ ਇਹ ਦੇਖੋ ਸਾਹਮਣੇ ਮਤਲਬ ਕਸ਼ਮੀਰ ਨੂੰ ਆਪਾਂ ਜਿੰਨਾ ਨੇੜਿਓ ਦੂਰੋਂ ਦੇਖਿਆ ਸੀ ਨਾ ਫੋਟੋਆਂ ਵੀਡੀਓ 'ਚ ਜਿੰਨਾ ਸੋਹਣਾ ਲੱਗਦਾ ਸੀ ਪਰ ਇਹ ਉਦੋਂ ਵੀ ਜ਼ਿਆਦਾ ਸੋਹਣਾ ਲੱਗਦਾ ਚੀਲ ਦੇ ਦਰਖਤ ਆ ਦੇਖੋ ਕਿੱਡੇ ਵਧੀਆ ਇਹੋ ਜਿਹੇ ਆਪਣੇ ਘਰੇ ਵੀ ਲੱਗੇ ਹੈ ਨਾ ਸਪੈਸ਼ਲ ਲਵਾਇਆ ਮੈਂ ਘਰੇ ਚੀਲ ਦਾ ਦਰਖਤ ਆਪਣੇ ਗਮਲਿਆਂ 'ਚ ਲੱਗੇ ਅਤੇ ਬਾਕੀ ਬਹੁਤ ਘੈਂਟ ਆ ਯਾਰ ਮੰਨ ਲਓ ਪੈਸੇ ਲਾਏ ਦਾ ਮੁੱਲ ਮੁੜਦਾ ਇੱਥੇ ਆ ਕੇ ਤੁਸੀਂ ਵਧੀਆ ਚੀਜ਼ ਦੇਖ ਸਕਦੇ ਹੈ ਨਾ ਸਕੂਨ ਆ ਇਹ ਨਹੀਂ ਸ਼ੋਰ ਸ਼ਰਾਬਾ ਨਹੀਂ ਮਾਲ ਰੋਡ ਨਹੀਂ ਜਿਹਨੇ ਮਾਲ ਰੋਡ ਘੁੰਮਣਾ ਮਨਾਲੀ ਮਨੁਲੀ ਘੁੰਮ ਲਵੇ ਅਤੇ ਸ਼੍ਰੀਨਗਰ ਘੁੰਮ ਲਏ ਪਰ ਜਿਹਨੇ ਕੁਦਰਤ ਦੇਖਣੀ ਆ ਉਹ ਇਸੇ ਜਗ੍ਹਾ 'ਤੇ ਆ ਸਕਦਾ ਅਤੇ ਕੁਦਰਤ ਵਾਕਿਆ ਹੀ ਬਹੁਤ ਸੋਹਣੀ ਆ ਇਹ ਤੁਹਾਨੂੰ ਦੇਖ ਕੇ ਲੱਗਦਾ ਹੋਣਾ ਨਾ ਜੇ ਤੁਸੀਂ ਹਫਾ ਖਾਤੁਨ ਆ ਰਹੇ ਹੈ ਨਾ ਅਤੇ ਸਾਡੇ ਵਾਂਗੂ ਪਿੱਛੋਂ ਨਾ ਮੁੜ ਜਾਇਓ ਅਸੀਂ ਮੁੜੇ ਤਾਂ ਨਹੀਂ ਵੈਸੇ ਸਾਨੂੰ ਪਤਾ ਲੱਗ ਗਿਆ ਕਈ ਵਾਰ ਕੀ ਹੁੰਦਾ ਨਾ ਪਤਾ ਨਹੀਂ ਹੁੰਦਾ ਬੰਦੇ ਨੂੰ ਮਤਲਬ ਅੱਗੇ ਕੁਛ ਹੈਗਾ ਕਿ ਨਹੀਂ
ਅਸੀਂ ਨਹੀਂ ਤਾਂ ਅਸੀਂ ਵੀ ਪਿੱਛੇ ਹੀ ਮੁੜ ਜਾਣਾ ਸੀਗਾ। ਉਹ ਤਾਂ ਚਲੋ ਟੂਰਿਸਟ ਕੋਈ ਇੱਧਰ ਆਉਂਦੇ ਪਏ ਸੀ, ਸਾਨੂੰ ਪਤਾ ਲੱਗ ਗਿਆ, ਉਹਨਾਂ ਨੂੰ ਪੁੱਛ ਲਿਆ ਅਤੇ ਲਿਖ ਕੇ ਵੀ ਨਹੀਂ ਲਾਇਆ ਦਰਅਸਲ ਇਹਨਾਂ ਨੇ। ਜਿਹੜੀ ਹੱਬਾ ਹੱਬਾ ਖਾਤੁਮ ਲੇਡੀਜ਼ ਹੋਈ ਆ ਕਸ਼ਮੀਰ ਦੀ, ਇੱਕ ਫੇਮਸ ਕੋਈ ਪੋਇਟਰੀ ਵੀ ਲਿਖਦੀ ਸੀ, ਲੇਖਕ ਵੀ ਸੀ ਔਰ ਸਿੰਗਰ ਵੀ ਸੀ। ਹੁਣ ਇਸ ਜਗ੍ਹਾ 'ਤੇ ਆ ਕੇ ਬੈਠ ਕੇ ਪੋਇਟਰੀ ਲਿਖੀ ਔਰ ਚਸ਼ਮੇ ਦਾ ਜਿਹੜਾ ਉਹਨੂੰ ਪਤਾ ਲੱਗਾ ਸੀਗਾ ਸਭ ਤੋਂ ਪਹਿਲਾਂ, ਜਾਂ ਮਤਲਬ ਉਹਨਾਂ ਨੇ ਦੱਸਿਆ ਹੋਣਾ ਜਾਂ ਕਿਵੇਂ ਵੀ, ਹੈ ਨਾ। ਅਤੇ ਉਹਦੇ ਨਾਂ 'ਤੇ ਫਿਰ ਇਹ ਜਿਹੜਾ ਪਹਾੜ ਦਾ ਨਾਂ ਹੀ ਹੱਬਾ ਖਾਤੁਮ ਰੱਖਤਾ। ਅਤੇ ਜਿਹੜਾ ਪਹਾੜ ਤਿਕੋਣ ਦੀ ਤਰ੍ਹਾਂ ਤੁਸੀਂ ਵੇਖਿਆ ਹੋਣਾ, ਹੈ ਨਾ, ਸਿੱਧਾ ਤਿੱਖਾ, ਅਤੇ ਉਹ ਮੈਂ ਤੁਹਾਨੂੰ ਪਹਿਲਾਂ ਦਿਖਾ ਹੀ ਦਿੱਤਾ। ਬਾਕੀ ਇਹਦਾ ਲੋ ਉੱਥੇ ਨਾ ਖੜਾ ਕੇ ਕਿਉਂ ਗੱਡੀ ਮੈਂ, ਅਤੇ ਇਹਦਾ ਵਿਊ ਲਾਸਟ ਲਵਾਂਗੇ, ਕਿਉਂਕਿ ਨੇੜੇ ਉਹ ਪਹਾੜ ਦਾ ਵਿਊ ਇੱਦਾਂ ਵਧੀਆ ਨਹੀਂ ਦਿਖਦਾ, ਥੋੜ੍ਹੇ ਜਿਹੇ ਦੂਰੋਂ ਆਪਾਂ ਵੇਖਦੇ ਤਾਂ ਜ਼ਿਆਦਾ ਵਧੀਆ ਲੱਗਦਾ ਵਾ। ਬਾਕੀ ਚਲੋ ਆਪਾਂ ਮੈਂ ਇੱਥੇ ਡਾਵਰ ਤੱਕ ਤਾਂ ਤੁਸੀਂ ਕੈਂਪਿੰਗ ਕਰਨ ਆ ਹੀ ਰਹੇ ਗੁਰੇਜ਼ ਵੈਲੀ, ਪਰ ਜੇ ਤੁਸੀਂ ਆ ਰਹੇ ਬਿਲਕੁਲ ਨਾਲ ਹੈਗਾ ਵਾ 2-4 ਕਿਲੋਮੀਟਰ 'ਤੇ ਹੈਗਾ, ਤਾਂ ਤੁਸੀਂ ਜ਼ਰੂਰ ਆਓ, ਮੈਂ ਨਾ ਵੇਖਣਾ ਚਾਹੀਦਾ ਵਾ ਨਾਲ ਨਦੀ ਦੇ ਕੰਢੇ ਕੰਢੇ, ਹੈ ਨਾ, ਨਾਲੇ ਥੋੜ੍ਹੀ ਟਰੈਕਿੰਗ ਹੋ ਜਾਂਦੀ ਆ, ਨਾਲੇ ਸਭ ਕੁਝ ਵੇਖਣ ਨੂੰ ਵਧੀਆ। ਚਲੋ ਚੱਲਦੇ ਫਿਰ, ਤੁਹਾਨੂੰ ਮੈਂ ਹੁਣ ਬਾਹਰ ਦਾ ਪੂਰਾ ਵਿਊ ਪਹਾੜ ਦਾ ਦਿਖਾਉਣਾ, ਜਿਹੜਾ ਆਪਾਂ ਕਾਫੀ ਉੱਥੇ ਖੜ੍ਹ ਕੇ ਨਾਲੇ ਫੋਟੋ ਖਿੱਚਾਂਗੇ। ਆਪਾਂ ਠੀਕ ਹੈ ਜੀ, ਜਿਹੜਾ ਜਦੋਂ ਰੋਡ ਤੋਂ ਤੁਸੀਂ ਉਤਰੋਗੇ, ਹੈ ਨਾ, ਆਪਾਂ ਆਉਂਦਿਆਂ ਵੀਡੀਓ ਬਣਾ ਰਹੇ, ਹੈ ਨਾ, ਵੇ ਟੂ ਹੱਬਾ ਖਾਤੁਮ ਸਪ੍ਰਿੰਗ। ਸਪ੍ਰਿੰਗ ਦਰਅਸਲ ਪਹਿਲਾਂ ਗਲਤ ਦੱਸਿਆ ਗਿਆ ਸੀ, ਆਪਾਂ ਉਹਨੂੰ ਸੁਧਾਰ ਰਹੇ ਹਾਂ, ਗਲਤੀ ਮੰਨ ਲੈਣੀ ਚਾਹੀਦੀ ਜਿਹੜੀ ਹੋਵੇ। ਸਪ੍ਰਿੰਗ ਸਾਨੂੰ ਲੱਗਾ ਕਿ ਜਿਵੇਂ ਸਪ੍ਰਿੰਗ ਹੁੰਦੇ ਜਿਵੇਂ ਫਲਾਵਰ ਖਿੜਦੇ ਆ ਜਾਂ ਵੈਲੀ 'ਚ ਉਹ ਚੀਜ਼ ਆ, ਬਟ ਨਹੀਂ, ਸਪ੍ਰਿੰਗ ਜਿਹੜਾ ਮੈਂ ਤੁਹਾਨੂੰ ਚਸ਼ਮਾ ਦਿਖਾਇਆ ਜਿਹੜਾ ਪਹਾੜ ਦੇ ਥੱਲੋਂ ਦੀ ਪਾਣੀ ਨਿਕਲਿਆ ਸੀ ਉਹਨੂੰ ਬੋਰਿਆ, ਅਤੇ ਇਹ ਜਿਹੜਾ ਹੱਬਾ ਖਾਤੁਮ ਪਹਾੜ ਦਾ ਨਾਮ ਰੱਖਿਆ ਗਿਆ ਉਹ ਲੇਡੀ ਦੇ ਨਾਮ 'ਤੇ, ਜਿਹੜਾ ਜਿਹੜੀ ਪੋਇਟਰੀ ਲਿਖਦੀ ਸੀ ਅਤੇ ਗਾਉਂਦੀ ਸੀ, ਹੈ ਨਾ, ਉਹ ਕਸ਼ਮੀਰ ਦੀ ਹੋਈ ਸੀ, ਇੱਧਰ ਦੀ ਕੁੜੀ ਸੀ ਕੋਈ, ਹੈ ਨਾ, ਲੇਡੀਜ਼ ਹੋਈ ਆ, ਅਤੇ ਉਹਦੀ ਹਿਸਟਰੀ ਚਲੋ ਜ਼ਿਆਦਾ ਤਾਂ ਨਹੀਂ ਪਰ ਪੈਂਦਾ ਪਤਾ ਇਹਦੇ ਆ ਵੀ ਗਾਉਂਦੀ ਅਤੇ ਲਿਖਦੀ ਸੀ, ਹੈ ਨਾ। ਅਤੇ ਬਾਕੀ ਆਪਾਂ ਇੱਥੇ ਗੱਡੀ ਖਿਲਾਰ ਕੇ ਮੈਂ ਚਲੋ ਨਾਲੇ ਵੀਡੀਓ ਬਣਾ ਲਏ, ਨਾਲੇ ਪੂਰੀ ਇਨਫੋਰਮੇਸ਼ਨ ਤੁਹਾਨੂੰ ਰੋਡ, ਅਤੇ ਇੱਕ ਆਹ ਵੇਖੋ ਸਾਹਮਣੇ ਇੱਕ ਛੋਟਾ ਜਿਹਾ ਗਾਓ, ਹੈ ਨਾ, ਗਾਓ ਮਤਲਬ ਪਿੰਡ ਕਹਿ ਸਕਦੇ ਆਪਾਂ ਆਪਦੇ, ਅਤੇ ਆ ਜਿਹੜੇ ਆਹ ਵੇਖੋ ਤਿੱਖੇ ਤਿੱਖੇ ਜਿਹੇ ਦਰਖਤ ਕਿੱਡੇ ਵਧੀਆ, ਥੋੜ੍ਹੇ ਥੋੜ੍ਹੇ ਗ੍ਰੀਨ ਜਿਹੇ ਕਿੱਡੇ ਸੋਹਣੇ ਲੱਗਦੇ, ਨਾ, ਚਲੋ ਕੋਸ਼ਿਸ਼ ਕਰਦੇ ਤੁਹਾਨੂੰ ਇਹ ਪਿੰਡ ਵੀ ਦਿਖਾਉਣ ਦੀ, ਹੈ ਨਾ ਆਪਾਂ। ਅਤੇ ਬਾਕੀ ਇਹ ਤੁਹਾਨੂੰ ਜਿਹੜਾ ਏਰੀਆ ਮੈਂ ਤੁਹਾਨੂੰ ਦਿਖਾਉਣਾ ਸੀ, ਮੇਨ ਇਹ ਤੁਹਾਨੂੰ ਪਹਾੜ ਦਿਖਾਉਣਾ ਸੀ ਅਤੇ ਉਹ ਜਿਹੜਾ ਸਪ੍ਰਿੰਗ ਦਿਖਾਉਣਾ ਸੀ ਨਾ, ਇਸ ਕਰਕੇ ਆਪਾਂ ਇਹ ਏਰੀਆ 'ਚ ਆਏ ਸੀਗੇ। ਬਾਕੀ ਠੀਕ ਆ, ਇੱਕ ਅੱਗੇ ਗੁਫਾ ਸੀ ਅਤੇ ਇਹ ਇੱਧਰ ਸਰਦਾਰ ਸਾਹਿਬ ਤੋਂ ਹਜੇ ਪੂਰਾ ਭੱਜਿਆ ਨਹੀਂ ਨਾ ਜਾਂਦਾ, ਅਤੇ ਤਾਂ ਕਰਕੇ ਤੁਹਾਨੂੰ ਪਤਾ ਲੱਗਦਾ ਵੀ ਥੋੜ੍ਹਾ ਜਿਹਾ ਨਹੀਂ ਤਾਂ ਆਪਾਂ ਚਲੇ ਜਾਂਦੇ, ਜਿਹੜੇ ਲੋਕਲ ਉਹ ਹੁਣ ਗਾਂ ਗੁਫਾ ਵੇਖਣ ਗਏ, ਹੈ ਨਾ, ਇੱਕ ਇੱਥੇ ਗੁਫਾ ਇੱਕ ਸਪ੍ਰਿੰਗ ਆ, ਜੇ ਤੁਸੀਂ ਇੱਧਰ ਆ ਰਹੇ ਹੋ ਤਾਂ ਜ਼ਰੂਰ ਜਾ ਕੇ ਦੇਖਿਓ। ਅਤੇ ਠੀਕ ਆ ਜੀ, ਫਿਰ ਹੁਣ ਆਪਾਂ ਚੱਲਦੇ ਅੱਗੇ। ਜੇ ਪਿੰਡ ਦੀ ਗੱਲ ਕਰੀਏ ਤਾਂ ਪੰਜਾਬ ਸੋਰੀ ਸ਼੍ਰੀਨਗਰ ਦੇ ਲਾਸਟ ਪਿੰਡਾਂ 'ਚੋਂ ਵੀ ਆਉਂਦਾ ਵਾ, ਜੇ ਆਪਾਂ ਐੱਲ ਓ ਸੀ ਦੇ ਨੇੜੇ ਗੱਲ ਕਰੀਏ, ਹੈ ਨਾ, ਲਾਈਨ ਆਫ ਕੰਟਰੋਲ ਬਾਰਡਰ ਜਿਹੜਾ ਪਾਕਿਸਤਾਨ ਦਾ ਬਾਰਡਰ, ਹੈ ਨਾ, ਅਤੇ ਪੂਰਾ ਪਿੰਡ ਏਰੀਆ ਵਾ, ਪਿੰਡ ਤੁਹਾਨੂੰ ਮੈਂ ਦਿਖਾ ਦਿੰਦੇ ਇੱਦਾਂ ਦੇ, ਇੱਥੋਂ ਦੇ ਪਿੰਡ ਰਹਿਣ ਸਹਿਣ ਇਹਨਾਂ ਦਾ ਬਿਲਕੁਲ ਸਿੰਪਲ ਹੁੰਦਾ ਵਾ, ਹੈ ਨਾ, ਜਿਵੇਂ ਘਰ ਦੇਖੋ ਕਿੱਡੇ ਪੁਰਾਣੇ ਪੁਰਾਣੇ ਬਣੇ, ਹੈ ਨਾ, ਲੱਕੜ ਨਾਲ ਬਣੇ ਘਰ ਹੁੰਦੇ ਮੋਸਟਲੀ, ਜਿਹੜੀ ਇੱਥੇ ਦਾ ਆਰਕੀਟੈਕਚਰ ਆ ਸਾਰਾ ਜਿੰਨਾ ਵੀ ਐਕਸਟੀਰੀਅਰ ਕੀਤਾ ਜਾਂਦਾ ਬਾਹਰਲਾ ਲੱਕੜ ਨਾਲ ਹੀ ਕੀਤਾ ਜਾਂਦਾ, ਹੈ ਨਾ, ਅਤੇ ਵਧੀਆ ਸੋਹਣਾ ਬਣਿਆ। ਪਿੰਡ ਦਾ ਨਾਮ ਦਰਅਸਲ ਪਤਾ ਨਹੀਂ ਕੀ ਆ, ਉਹ ਤੁਹਾਨੂੰ ਪੁੱਛ ਕੇ ਦੱਸ ਦਿੰਦੇ ਕਿਸੇ ਨਾ ਕਿਸੇ ਨੂੰ। ਜਿਹੜੇ ਪਿੰਡ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਅਸ਼ੋਰਾ, ਕਸ਼ਮੀਰ ਦਾ ਅਸ਼ੋਰਾ ਪਿੰਡ, ਇੱਥੇ ਬੱਚੇ ਬੜੇ ਸੋਹਣੇ ਸੋਹਣੇ ਆ, ਜੀ ਕਰਦਾ ਮੈਂ ਚੱਲ ਫੋਟੋ ਖਿੱਚਦੇ ਇਹਨਾਂ ਨਾਲ, ਕ੍ਰਿਕਟ ਖੇਡਦੇ ਪਏ, ਉਹ ਗੋਲੂ ਮੋਲੂ ਜਾਏ ਕਿੱਡਾ ਥੋੜ੍ਹਾ ਦੇਖਦੇ, ਹੈ ਨਾ, ਆਪਾਂ ਨੂੰ ਜਿਹੜਾ ਘਰ ਆ ਸਾਹਮਣੇ ਕਿੰਨਾ ਪੁਰਾਣਾ ਹੋਊਗਾ, ਕਾਫੀ ਮੈਨੂੰ ਤਾਂ ਲੱਗਦਾ 100 ਸਾਲ ਪੁਰਾਣਾ ਹੋਵੇ ਤਾਂ ਵੱਡੀ ਗੱਲ ਨਹੀਂ, ਹੈ ਨਾ, ਬਹੁਤ ਪੁਰਾਣਾ ਘਰ, ਬਹੁਤ ਪਿਆਰੇ ਇੱਥੋਂ ਦੇ, ਹੈ ਨਾ। ਕਿਵੇਂ ਆ ਗੁੱਲ ਮੁੱਲੂ, ਕੈਸੇ ਹੋ ਭਈਆ, ਇਹ ਲਓ ਇਹ ਲਓ, ਵਾਹਗੂ ਮਤ ਯਾਰ, ਡਰੋ ਮਤ ਹਮਸੇ, ਆਪ ਵੀ ਲਓ ਆ ਜਾਓ। ਬੜਾ ਆਪ ਜੀ ਨੇ ਇੱਥੇ ਵੀ ਪਿੰਡਾਂ ਵਾਲਾ ਮਾਹੌਲ ਆ, ਚੱਕਾ ਲਈ ਫਿਰਦੇ, ਹੈ ਨਾ, ਟਾਇਰ ਭਜਾਉਂਦੇ, ਇਹ ਡਰਦੇ ਆ ਥੋੜ੍ਹੇ ਜਿਹੇ, ਸੰਗਦੇ ਆ ਨਾ ਇਹ ਆਪਣੇ ਤੋਂ, ਨਾ ਬਈ ਇਹਨੇ ਟਾਇਰ ਬਣਾਇਆ, ਚਲਾਏ ਭਈਆ ਇਸ ਚਲਾਏ ਇਸੇ ਚਲਾਓ ਯਾਰ, ਕੋਈ ਬਾਤ ਨਹੀਂ, ਸੰਗਦੇ ਆ ਨਾ, ਸ਼ਰਮਾਤੇ ਆ ਹਮਸੇ, ਵੀਡੀਓ ਬਣਾਉਂਦੇ ਸੀ ਉਦੋਂ ਸੰਗਦੇ, ਹੁਣ ਸਾਰੇ ਆ ਗਏ ਨਾ, ਉਹ ਨਹੀਂ ਸੰਗਦਾ ਨਾ, ਉਹ ਨਹੀਂ ਭੱਜਿਆ ਨਾ, ਸਾਰੇ ਦਰਅਸਲ ਬੱਚੇ ਹੁੰਦੇ ਜਿੱਦਾਂ ਦੇ ਨਾ, ਸੰਗ ਜਾਂਦੇ ਥੋੜ੍ਹੇ। ਚਲੋ ਹੁਣ ਚੱਲਦੇ ਆਪਾਂ ਡਾਵਰ ਵੱਲ ਨੂੰ, ਦੇਖ ਰਹੇ ਸੀ ਇਹ ਸੀ ਜੀ ਕਸ਼ਮੀਰ ਦਾ ਪਿੰਡ ਵਾਲਾ ਏਰੀਆ, ਨਾ, ਅਤੇ ਆ ਸਾਰੇ ਜਿਹੜੇ ਪਿੰਡ ਨਦੀ ਦੇ ਕੰਢੇ ਕੰਢੇ 'ਤੇ ਵਸੇ ਹੋਏ, ਡਾਵਰ ਦੇ ਕੋਲੇ ਆ ਛੋਟੇ ਛੋਟੇ ਕਸਬੇ ਜਿਹੇ ਟਾਈਪ ਪਿੰਡ, ਛੋਟੇ ਛੋਟੇ ਨਾ ਘਰ ਬਣੇ ਹੋਏ, ਹੈ ਨਾ, ਅਤੇ ਸਾਰੀ ਜਿਹੜੀ ਆਹ ਲੋਕੇਸ਼ਨ ਵੀ ਜਿਹੜੀ ਮੈਂ ਤੁਹਾਨੂੂੰ ਹੁਣ ਦਿਖਾਊਂਗਾ ਵੀ ਸਾਰੀ ਇਹ ਬਹੁਤ ਘੈਂਟ, ਮਤਲਬ ਸਾਰੇ ਜਿੰਨੇ ਘਰ ਇਹ ਸਾਰੇ ਨਦੀ ਦੇ ਕੰਢੇ ਦੇ, ਪਲੱਸ ਇੱਥੇ ਜਿਹੜਾ ਸਾਰਾ ਇਹ ਮਿਲਟਰੀ ਏਰੀਆ, ਜਿਹੜਾ ਸਾਰਾ ਮਿਲਟਰੀ ਏਰੀਆ ਨਾ, ਮਿਲਟਰੀ ਆ ਬੈਠੀ ਹੋਈ, ਹਾਂ ਮਿਲਟਰੀ ਆ ਸਾਰੀ ਇਹਦੇ ਵਿੱਚ, ਮਿਲਟਰੀ ਬੈਠੀ ਹੋਈ ਸਾਰੀ, ਬਾਕੀ ਏਰੀਆ ਵਾਕਈ ਸੋਹਣਾ ਵਾ। ਜੇ ਤੁਸੀਂ ਇੱਧਰ ਨੂੰ ਆ ਰਹੇ ਹਾਂ ਨਾ ਗੁਰੇਜ਼ ਵੈਲੀ, ਤਾਂ ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਹੈਗਾ ਡਾਵਰ ਤੋਂ 5 ਕਿਲੋਮੀਟਰ ਅੱਗਾਂ ਹੈਗਾ ਵਾ, 4-5 ਕਿਲੋਮੀਟਰ ਅੱਗੇ ਆਓ ਜ਼ਰੂਰ, ਅਤੇ ਏਰੀਆ ਜ਼ਰੂਰ ਦੇਖੋ, ਹਾਏ ਰੈਕਮੈਂਡਡ ਕਰਦੇ ਤੁਹਾਨੂੰ ਅਸੀਂ ਵੀ, ਸੋਹਣਾ ਵਾ, ਬੋਰ ਨਹੀਂ ਹੋਵੋਗੇ ਤੁਸੀਂ ਇਸ ਏਰੀਆ 'ਚ ਜਾ ਕੇ। ਚਲੋ ਚੱਲਦੇ ਹੁਣ ਆਪਾਂ ਡਾਵਰ ਵੱਲ ਨੂੰ ਫਿਰ।
देखो जी अगर डावर शहर आ रहा डावर शहर के उपर देखो है ना डावर शहर वसिया बर्फ के पहाड़ों के उच्च चोटियां सेंटर वैली आ वैली की कहें जो दोनों बन्ने पहाड़ थोड़े खुल जाते स्पेस बन जाती खाली स्पेस होंगी नाल नदी होनू आप वैली बोल देंगे है ना जिमें हम जो जिते आप राति कैंपिंग की एरिया भी वैली आ सारी गुरेज वैली का एरिया ये डावर देखो मैदान की तरह खुल जाता सैड दोनों व्डे व्डे पहाड़ आ गए तो सेंटर के डावर शहर ग्रेज वैली के आ जाता तो यह सारी जी कंडे वाली तार लगी बॉडर एरिए करके आ इधरली सैड में गल करिए सारा पाकिस्तान बॉडर नेड़े रह जाता फिर इतों तो चलो आप चलते तुम दिखाने फिर डावर शहर के रंगीन मौसम आप पहुँच गया डावर शहर के होटल आटल बने तो इतने आगे तुम रहो जो कैंप करनी तो कैंप वाली सैड उ वी जी तुम दिखा जाते फिर मैं तुम्हें दिखा दिना कैंपिंग वाली सैड तो मैंने लगता दोनों सैड नदी के उधर कैंपिंग बेस्ट आ जब तुम कोई वक्रा एक्सपीरियंस करना तो कैंप करो नहीं तो होटल फिर है जो थोड़ा सेफ तुम लगता वा तुम रहना वा या फैमिली ना तो तुम होटल भी ले सकते एरिए सारे रिसोर्ट होटल है जिमें सामने भी है ना द गुरेज 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 आ चलो निकलते हूँ आप ग्रेज तो बहर ग्रेज तो नहीं सॉरी डावर तो बहर डावर शहर ग्रेज वैली आ मेन जो तुम लोकेशन ला के जो आओगे है ना एक चीज़ होर जो तुम मेन लोकेशन ला के आओगे तो ग्रेज एक वैली की लोकेशन ही शो करूगी तो पर जो सही डावर शहर ला के आयो डावर शहर तो पहले ही आजगा एरिया जो मैं दिखावगा जितने आप कैंपिंग जाते फिर दिखा दिना मैं तुम्हें उस एरिए आके कैंप कर लो रोटी पानी का सारा अरेंजमेंट उत्थे हो जाता वधिया वाली गल कोई चक्कर वाली गल नहीं तो यह सारा डावर शहर है जो तुम शहर चाहे करना तो शहर च कर लो जो उत्थे करना उत्थे कर लो पर आओ जरूर जो टाइम है तो जरूर एक बार आके एरिया देखो चंगी तरह तुम उधरों आ रहे हैं तो आपका खाण पीन ना लै गया तो यह डावर शहर इधरों भी जाना साढ़े को दरअसल पानी खत्म होया मैं उन्होंने घर चरण सामने लैके आऊगा पानी दी बोतल क्योंकि पानी पुनी आदर रख के चलो जो हम एरिया गांह आता वा ग्रेज का है ना गां तो उस कुछ भी तुम ढाबे ढूबे उपर जाके राजधान मिलने जिते कल लास्ट ब्लॉग जिन्होंने वेखे उस बर्फ हैगी अज भी तुम बर्फ दिखावे बहुत सोहनी लगे है वो अब जाते भी आप तुम दिखाने तो जुड़े रहो बस ब्लॉग के वीर की क्रिकेट वेख लो क्रिकेट में भी बहुत प्यार करते तो ग्राउंड वेख लगता ना जैसे रियल ग्राउंड आता दरख्तों के एन काला ग्राउंड से खेडते क्रिकेट भी किन्नी वधिया लोकेशन इन्हों का ए लगता जो पूरा फैसिलिटियां दित्तियां नहीं होंदियां है तो छोटा ही बारा व्डा नहीं ग्राउंड पर है वधिया वा ना काला ग्राउंड बना के दिता इन्हों डावर के जांदी वार दा डावर शहर का व्यू देख लो तो वो जो सामने पहाड़ जो देख लें ना ट्रायंगल की तरह है तिखा जो चोटी इतों आप होके आए जो तुम दिखाया है ना तो ये एरिया जोड़ा अगे आना हूँ जिते आप राती कैंप किया कैंप सैट सवेरे बदल से हूँ थोड़े जी वधिया वधिया व्यू देखते हैं ना ये दरअसल जो पहाड़ों के आए थोड़ी धुप निकली होगी तो ज़्यादा वधिया तुम लोकेशन वेखनी जिम्मे हम तुम सामने देख रहे हो कि सोहनी लोकेशन बनती पी है ना निके दरख्तों की शेप कि घैंट है ना इन्हें दरख्त मतलब ग्रीनरी ग्रीनरी करके बड़े सोहने लगते एक लोकेशन राह बड़े प्लेन जहाँ जो आ जाता वा वो होर ज्यादा सोहना लगता है ना तो गड्डी वाले बहुत तेज चला बाकी हम देखो वे राह ही मेन जो तुम किसी भी जगह पर जाने मेन थोड़े तो राह की खूबसूरती होंगी ना कि किसी जगह पर वे जाके पहुँचना तो उन्होंने देखना जे तुम ये चीज़ में इंजॉय करके चलोगे तो ज़्यादा वधिया देखो हूँ मतलब मेरा कहना यह है कि जे तुम आ रहे हैं ना जे तुम कहो कि असं सीधा ग्रेज वैली जाके ही मतलब देखा तो वो गल अलग आ जे तुम राहों को चंगी तरह देख के आने हो तो कुदरती नज़ारे देखने हो फिर राह ही वधिया होंगे ना राह जो मतलब सफर ना वधिया होना चाहिए वा जो पुल आ गया जिते आप राती एनू लंघ के परली गेट सामने रोटी खाधी थी रेस्टोरेंट तो यह आप पर कैंपिंग साइड वालों निकल जाना है ना तो कैंपिंग साइड विखा के तो फिर इस ब्लॉग का आप इतें करा अंत एंड तो कल फिर जो अगला ब्लॉग पार्ट दो करा कि नहीं तो क्योंकि फिर बहुत लंबा हो जाऊगा ना नहीं तो ब्लॉग डम 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 आन रही चेक पोस्टा बहुत इतने वो पिंड आ जो तुम जानते भी आप दिखाया तो सामने वो जगह आ रही जिते आप कैंप किया कैंप वाली सैड से आप खड़ के उत्ते अज के ब्लॉग का भी एंड कर देवे तो तुम दिखा देंगे कैंपिंग सैड जिते असी किमें से है ना वो तो कैंप टेंट वेख ही लिया तो इतों फिर अपना नैक्सट पार्ट ब्लॉग का शुरू करा क्योंकि नहीं तो ब्लॉग बहुत ज़्यादा लंबा हो जाता वा घंटे का अभी भी टाइम नहीं खराब करना चाहते इन्ना कि एक दिन के दो ब्लॉग बना के पा देवे है ना तो वक्रे वक्रे पार्ट आवे तो जरूर देखियो सारा देखिया करो ब्लॉग इस करके थोड़ा छोटा करने की कोशिश करते हैं कि तुम बोर ना करिए वधिया वधिया लोकेशन से चीज़ा तो इनफोरमेसन देंदे रहिए
ਤੇ ਬਾਕੀ ਉਹ ਸਾਹਮਣੇ ਟੈਂਟ ਆ ਗਏ ਉੱਥੇ ਜਾ ਕੇ ਆਪਾਂ ਬਸ ਖੜ ਕੇ ਤੇ ਵਲੌਗ ਦਾ ਕਰਦੇ ਐਂਡ ਤੇ ਫਿਰ ਨਿਕਲਦੇ ਆ ਆਪਾਂ ਹਨਾ ਇਹ ਆਪਾਂ ਸਵੇਰੇ ਜਿੱਥੇ ਆਪਣਾ ਪੋਲ ਆ ਗਿਆ ਜਿੱਥੇ ਆਪਾਂ ਵੀਡੀਓ ਬਣਾਈਆਂ ਸੀ ਫੋਟੋਆਂ ਖਿੱਚੀਆਂ ਸੀ ਇਹਨਾਂ ਸਾਰੀਆਂ ਇੰਸਟਾਗ੍ਰਾਮ 'ਤੇ ਆਉਣਗੀਆਂ ਅਤੇ ਬਾਕੀ ਦਰਾਵਾਂ ਤਾਂ ਫਿਰ ਖੂਬਸੂਰਤ ਇੱਥੋਂ ਦੇ ਰਾਹ ਕਸ਼ਮੀਰ ਦੇ ਹੈਗੇ ਹੈਗੇ ਇੱਕ ਕਸ਼ਮੀਰ ਆਪਾਂ ਆਏ ਹਾਂ ਜੀ ਸਮਰ ਦੇ ਵਿੱਚ ਅਤੇ ਤੁਹਾਨੂੰ ਕੋਸ਼ਿਸ਼ ਕਰਾਂਗੇ ਇੱਕ ਵਿੰਟਰ ਦੇ ਵਿੱਚ ਜ਼ਰੂਰ ਕਸ਼ਮੀਰ ਦਾ ਟ੍ਰਿਪ ਲਵਾਉਂਗਾ ਜਿਹਦਾ 'ਚ ਤੁਹਾਨੂੰ ਐਨ ਜਿਵੇਂ ਹੁਣ ਆਪਾਂ ਨੂੰ ਰਾਜਸਥਾਨ ਕੱਲ੍ਹ ਸਨੋਅ ਮਿਲੀ ਸੀ ਅੱਜ ਪਰ ਅੱਜ ਵੀ ਮਿਲੂਗੀ ਜਾਂਦਿਆਂ ਅਤੇ ਪਰ ਉਹ ਤਾਂ ਸਿਰਫ ਉੱਪਰ ਉੱਪਰ ਸੀ ਇੱਕ ਪਾਸ ਦੇ ਕਰਕੇ ਅਤੇ ਨਹੀਂ ਤਾਂ ਇੱਥੇ ਮੋਸਟਲੀ ਸਾਰੇ ਜਦੋਂ ਆਪਾਂ ਵਿੰਟਰ ਦੇ ਵਿੱਚ ਆਵਾਂਗੇ ਤਾਂ ਸਾਰੇ ਹੀ ਸਨੋਅ ਵੇਖਣ ਨੂੰ ਮਿਲਦੀ ਅਤੇ ਜਿਹੜੇ ਆਪਾਂ ਏਰੀਆ 'ਚ ਸਫ਼ਰ ਕਰ ਰਹੇ ਹਾਂ ਤਾਂ ਵੈਸੇ ਵੀ ਏਰੀਆ ਕੱਟਿਆ ਜਾਂਦਾ ਮਤਲਬ ਕਹਿਣ ਦਾ ਕੀ ਆ ਕਿ ਜਦੋਂ 6 ਮਹੀਨੇ ਇਹ ਚੱਲਦਾ ਓਪਨ ਹੁੰਦਾ ਵਾ ਬਾਕੀ ਟਰੈਵਲ ਟੂਰਿਸਟ ਲਈ ਅਤੇ 6 ਮਹੀਨੇ ਲਈ ਬੰਦ ਹੋ ਜਾਂਦਾ ਵਾ ਹੈ ਨਾ ਅਤੇ ਕੈਂਪ ਇੱਕ ਹੋਰ ਲੱਗ ਗਿਆ ਆ ਕੇ ਮੈਨੂੰ ਲੱਗਦਾ ਯਾਰ ਹੈ ਨਾ ਇੱਧਰਲੇ ਪਾਸੇ ਜਦੋਂ ਆਪਾਂ ਗਏ ਉਦੋਂ ਨਹੀਂ ਹੈਗਾ ਸੀਗਾ ਚਲੋ ਗੱਡੀ ਆਉਂਦੇ ਟੈਂਟ ਟੁੱਟ ਹੋਰ ਲੱਗਾ ਨਹੀਂ ਵੇ ਗੇਟ ਗੁੱਟ ਜਾ ਹਾਂ ਗੇਟ ਗੁੱਟ ਬਣਾਉਣਗੇ ਵਧੀਆ ਗੱਲ ਕਰੀਏ ਤਾਂ 12 ਵੱਜ ਗਏ ਅਤੇ 1 ਮਿੰਟ ਹੋ ਗਿਆ ਹੈ ਨਾ ਅਤੇ ਸਾਹਮਣੇ ਇਹ ਜਗ੍ਹਾ 'ਤੇ ਸੀ ਆਪਣੀ ਕੈਂਪਿੰਗ ਸਾਈਡ ਜਿਹੜੀ ਦਿਖਾ ਰਹੀ ਆ ਉਹ ਸਾਹਮਣੇ ਰਿਹਾ ਇਹ ਆ ਰਿਹਾ ਆਪਣਾ ਆ ਚੱਲ ਗਿਆ ਪੰਜਾਬ ਨੂੰ ਰਹਿਣ ਤਾਂ ਛੱਡ ਕਿਹੜਾ ਇਹ ਆ ਜੀ ਆਪਣਾ ਯਾਰ ਬੇਲੀ ਰਾਤੀ ਇੱਥੇ ਮੁੰਡਾ ਪੰਜਾਬ ਦਾ ਹੀ ਆ ਪਰ ਰਹਿੰਦੇ ਬੀਕਾਨੇਰ ਹੈ ਨਾ ਫਰੀਦਕੋਟ ਏਰੀਏ ਦਾ ਠੀਕ ਆ ਠੀਕ ਆ ਅਤੇ ਇਹ ਜਗ੍ਹਾ ਉਹ ਆ ਜਿੱਥੇ ਆਪਾਂ ਰਾਤੀ ਸਟੇਅ ਕੀਤਾ ਸੀ ਕੈਂਪ ਬਸ ਫਿਰ ਪੀਵਾਂਗੇ ਹੁਣ ਅਗਲੀ ਵਾਰੀ ਆਏ ਜਦੋਂ ਹਾਂ ਬਸ ਚੱਲੇ ਹੁਣ ਵਾਪਸ ਅਸੀਂ ਇਹ ਜਗ੍ਹਾ 'ਤੇ ਸਾਰੇ ਤੁਸੀਂ ਵੇਖੋਗੇ ਆਉਣ ਵਾਲੇ ਸਮੇਂ 'ਚ ਇੱਥੇ ਕੈਂਪ ਲੱਗ ਜਾਣੇ ਸਾਰੇ ਹੈ ਨਾ ਅਤੇ ਇੱਥੇ ਤੁਸੀਂ ਨਾਈਟ ਸਟੇਅ ਕਰ ਸਕਦੇ ਹੋ ਉਹ ਪਰਲੀ ਸਾਈਡ ਵੀ ਮੈਂ ਤੁਹਾਨੂੰ ਦਿਖਾ ਦੇਵਾਂ ਅਤੇ ਕੈਂਪ ਲੱਗੇ ਹੋਏ ਆ ਗੁਰੇਜ਼ਵੈਲੀ ਆ ਰਹੇ ਅਤੇ ਤੁਹਾਡੇ ਲਈ ਇਹ ਸਭ ਤੋਂ ਬੈਸਟ ਪਲੇਸ ਆ ਜਿੱਥੇ ਤੁਸੀਂ ਮਤਲਬ ਆਪਣਾ ਆ ਕੇ ਸਟੇਅ ਕਰ ਸਕਦੇ ਆ ਮੈਨੂੰ ਲੱਗਦਾ ਕਿ ਅਸੀਂ ਕੱਲ੍ਹ ਰਹੇ ਇੱਥੇ ਆ ਗਏ ਸੀ ਕੱਲ੍ਹ 3 ਵਜੇ ਅਤੇ ਬਹੁਤ ਵਧੀਆ ਲੋਕੇਸ਼ਨ ਆ ਇੱਕ ਸ਼ਾਂਤੀ ਆ ਅਤੇ ਹੁਣ ਤਾਂ ਇਹਨਾਂ ਨੇ ਚਲੋ ਵੈਸੇ ਵੀ ਟੈਂਟ ਲਾ ਕੇ ਫੈਸਿਲਿਟੀਆਂ ਹੋ ਜਾਣੀਆਂ ਰਾਤੀ ਅਸੀਂ ਜਿਹੜਾ ਆਪਣਾ ਖੁਦ ਦਾ ਟੈਂਟ ਹੈਗਾ ਸੀ ਉਹ ਇੰਸਟਾਲ ਕੀਤਾ ਸੀਗਾ ਅਤੇ ਬਾਕੀ ਰੋਟੀ ਪਾਣੀ ਇਹਨਾਂ ਨੇ ਖਵਾਤਾ ਸੀ ਸਾਨੂੰ ਅਸੀਂ ਹੋਸਟਲ ਦੇ ਰੋਲ ਗਿਆ ਚਲੇ ਅੱਜ ਦੇ ਵਲੌਗ ਦਾ ਆਪਾਂ ਇਹ ਤਾਂ ਇੱਥੇ ਹੀ ਕਰਦੇ ਐਂਡ ਪਰ ਟਾਈਮ ਅਜੇ 12 ਵਜੇ ਕਿਉਂਕਿ ਵਲੌਗ ਬਹੁਤ ਲੰਬਾ ਹੋ ਜਾਂਦਾ ਇਨਫੋਰਮੇਸ਼ਨ ਆਪਾਂ ਤੁਹਾਨੂੰ ਸਾਰੀ ਸ਼ੇਅਰ ਕਰਨੀ ਹੁੰਦੀ ਆ ਅਤੇ ਹੁਣ ਆਪਾਂ ਕੱਲ੍ਹ ਜਿਹੜਾ ਪਿਛਲੇ ਵਲੌਗ ਜਿਨ੍ਹਾਂ ਨੇ ਦੇਖੇ ਨਹੀਂ ਦੇਖੇ ਤਾਂ ਇਹ ਵਲੌਗ ਵੀ ਤੁਹਾਨੂੰ ਅਗਲਾ ਵੇਖਣ ਵਾਲਾ ਹੋਊਗਾ ਰਾਜਸਥਾਨ ਹੈਗਾ ਵਾ ਰਾਜਧਾਨੀ ਹੈ ਨਾ ਜਿਹੜਾ ਪਾਸ ਰਾਜਧਾਨ ਹੈ ਨਾ ਰਾਜਧਾਨ ਪਾਸ ਕਰੋਸ ਕਰਾਂਗੇ ਬਹੁਤ ਸਨੋਅ ਕੀ 10-15 ਫੁੱਟ ਗੱਡੀ ਤੋਂ ਉੱਚੀ ਸਾਈਡ 'ਤੇ ਪਈ ਆ ਅਤੇ ਉਸ ਏਰੀਏ ਦੇ ਵਿੱਚ ਆਪਾਂ ਜਾਵਾਂਗੇ ਹੁਣ ਅਤੇ ਕਰੋਸ ਕਰਾਂਗੇ ਅਤੇ ਅੱਜ ਅਗਲੇ ਜਿਹੜਾ ਆਊਗਾ ਆਪਾਂ ਚਲੇ ਜਾਣਾ ਸੋਨਮਾਰਗ ਜਾਵਾਂਗੇ ਹੁਣ ਇੱਥੋਂ ਆਪਾਂ ਅਤੇ ਇਹ ਏਰੀਏ ਜਾ ਕੇ ਤੁਸੀਂ ਸਟੇਅ ਕਰੋ ਅਤੇ ਅੱਜ ਦਾ ਵਲੌਗ ਇੱਥੇ ਕਰਦੇ ਐਂਡ ਅਤੇ ਵਲੌਗ ਨੂੰ ਸ਼ੇਅਰ ਜ਼ਰੂਰ ਕਰ ਦਿਉ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਮਿਲਦੇ ਹਾਂ ਫਿਰ ਅਗਲੇ ਵਲੌਗ 'ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੁੜੇ ਰਹੋ ਸਾਡੇ ਨਾਲ ਇੰਡੀਆ ਟੂਰ 'ਤੇ